ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿੱਥੇ ਮਹਿੰਗਾਈ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਮਦਨ ਲਾਲ ਬੋਹਤ, ਸੀਨੀਅਰ ਅਕਾਲੀ ਆਗੂ ਖਣਮੁਖ ਭਾਰਤੀ ਪੱਤੋ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ ਡੇਮਰੂ, ਕੌਂਸਲਰ ਜਗਜੀਤ ਸਿੰਘ ਜੀਤਾ, ਰਾਜਵਿੰਦਰ ਸਿੰਘ ਧਰਮਕੋਟ, ਰਣਵਿੰਦਰ ਸਿੰਘ ਪੱਪੂ ਰਾਮੂਵਾਲਾ, ਬਲਦੇਵ ਸਿੰਘ ਮਾਣੂਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸਰਕਲ ਪ੍ਰਧਾਨ ਮਹਿਣਾ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਮੋਗਾ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਜਥੇਦਾਰ ਤੀਰਥ ਸਿੰਘ ਮਾਲਾ ਹਲਕਾ ਇੰਚਾਰਜ ਬਾਘਾ ਪੁਰਾਣਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਨਾਂ 'ਤੇ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ 'ਤੇ ਬੇਲੋੜੇ ਟੈਕਸ ਮੜ ਕੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਤਾਂ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਤੋਂ ਨਜਾਤ ਦਿਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੇ ਡੀਜ਼ਲ ਬਾਰੇ, ਹਰ ਇੱਕ ਚੀਜ਼ ਬਾਰੇ ਦੱਸਿਆ ਵੀ ਆਹ ਚੀਜ਼ ਆ ਜਿਹੜੀ ਆਪਾਂ ਨੂੰ ਘਾਟ ਹੋਈ ਆ ਤੇ ਆਹ ਵਾਧੇ ਹੋਏ ਆ। ਬਾਹਲੀਆਂ ਗੱਲਾਂ ਮੈਂ ਨਾ ਕਰਦਾ ਹੋਇਆ, ਮੈਂ ਤਾਂ ਮੌਜੂਦਾ MC ਹਾਂ, ਮੈਂ ਉਹਦਾ ਦੁੱਖ ਦੱਸੂੰਗਾ। ਸਭ ਤੋਂ ਵੱਡਾ ਦੁੱਖ ਇਹ ਆ ਕਿਉਂਕਿ ਮੈਂ ਗਰੀਬ ਪਰਿਵਾਰ ਦਾ ਬੱਚਿਆਂ ਦੇ ਗਰੀਬ ਪਰਿਵਾਰ ਦੇ ਸਭ ਜੇ ਕਿਸੇ ਨੇ ਲੁਧਿਆਣੇ ਵੀ ਜਾਣਾ ਅਗਰ ਜੇ 70 ਰੁਪਏ ਲੱਗਦੇ ਸੀ, 105 ਲੱਗਦੇ ਆ। ਦਿਹਾੜੀ ਆ ਜੀ ਉੱਥੇ ਦੀ ਉੱਥੇ ਹੀ ਆ, ਪਰ 105 ਰੁਪਏ ਲੱਗਣ ਲੱਗ ਗਏ ਜੀ। ਬਾਕੀ ਆਪਣੇ ਵੀ ਜਾਣਾ ਤਾਂ ਵੀ ਇਹ ਸਭ ਨੂੰ ਪਤਾ ਹੀ ਆ ਵੀ ਆਪਣਾ ਜਿਹੜਾ ਇਕੱਠ ਆ ਇਹ ਜਿਹੜੇ ਦਿਨ ਬ ਦਿਨ ਹੋਰ ਕਿਸੇ ਨਾ ਕਿਸੇ ਚੀਜ਼ ਚ ਵਾਧਾ ਕਰ ਦਿੰਦੇ ਆ। ਮੈਂ ਮਾੜੀਆਂ ਮਾੜੀਆਂ ਤੇ ਕਮੀਆਂ ਬਣਾਊਂਗਾ। ਸਰਕਾਰ ਦੀ ਚਾਲ ਦੇਖੋ, ਚਾਲ ਇਹ ਆ ਜੀ, ਸਾਡੇ ਸਾਰੇ ਹੀ ਭੈਣ ਭਰਾ ਨੂੰ ਸਰਕਾਰ ਯੋਗ ਸਾਰੇ ਮੇਰੇ ਤਕੜੇ ਪਰਿਵਾਰ ਵੀ ਬੈਠੇ, ਗਰੀਬ ਤੋਂ ਗਰੀਬ ਪਰਿਵਾਰ ਵੀ ਬੈਠਾ। ਸਭ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਲੋਹ ਵਧਾਓ, ਕਿਹਾ ਗਿਆ ਕਿ ਨਹੀਂ ਕਿਹਾ ਗਿਆ? ਹਰੇਕ ਬੰਦੇ ਨੇ ਆਪਾਂ ਦੌਰਾ ਲੋਹ ਵਧਾ ਦੇਈਏ, ਬਿਜਲੀ ਦਾ ਮਾਫ਼ਾ ਜਿਹੜੀ ਆ, ਪਰ ਤੁਹਾਨੂੰ ਉਹ ਨੀ ਪਤਾ ਬਾਹਰ ਨਹੀਂ ਹੁੰਦਾ। ਜੇ ਆਪਾਂ 1-2-3-4-5 ਕਿਲੋਵਾਟ ਕਰਾਉਂਦੇ ਹਾਂ ਤਾਂ ਜੂਨ ਫਿਰ ਕਦੀ ਹਾਰ ਕੇ ਆਊਗਾ ਕਿ ਆਪਾਂ ਨੂੰ ਉਹ ਜਿਹੜੇ ਪੈਸੇ ਇਕੱਠੇ ਕਰ ਲਏ ਕਹਿੰਦੇ ਆਪਾਂ ਤੁਹਾਨੂੰ ਬਿਜਲੀ ਦੇ ਜਿਹੜੇ ਰੇਟ ਵਧਾ ਦਿਓ ਕਰਦੇ, ਤੇ ਦੂਜਾ ਸਾਡੇ ਮੀਟਰ ਵਧਾਈ ਜਾਂਦੇ ਆ, ਗੈਸ ਵਧਾ ਦੀ, ਡੀਜ਼ਲ ਤੇ, ਸਾਰਾ ਬੋਝ ਸਾਡੀ ਪਬਲਿਕ ਤੇ ਹੀ ਪਿਆ। ਠੀਕ ਆ ਜੀ, ਬੜਾ ਕੁਝ ਨਾ ਕਹਿੰਦਾ ਹੋਇਆ ਪੈਸੇ ਕਰਕੇ ਇਕੱਠੇ ਹੋਏ ਆ। ਇਹ ਧਰਨਿਆਂ ਨੂੰ ਜਿਹੜੀ ਇਹ ਦਿੱਤਾ ਆਪਾਂ, ਇਹ ਚੀਜ਼ਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਤੇ ਵਾਪਸ ਲੈਣੀਆਂ ਚਾਹੀਦੀਆਂ। ਇੱਕ ਹੋਰ ਸਭ ਤੋਂ ਵੱਡਾ ਜਿਹੜਾ ਸਾਡੇ ਪੰਜਾਬ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਪਿੰਡ ਦੇ ਵਿੱਚ ਗੱਲ ਚੱਲ ਰਹੀ ਹੈ, ਮੈਂ MSC ਹੋ ਕੇ ਇਹ ਗੱਲ ਕਹਿ ਰਿਹਾ ਵੀ ਮੇਰੇ ਵਾਰਡ ਦੇ ਵਿੱਚ ਚਿੱਟਾ, ਸੱਤਾ, ਜੂਆ ਤੇ ਮੈਡੀਕਲ ਚੱਲ ਰਿਹਾ, ਚੱਲ ਰਿਹਾ, ਚੱਲੀ ਜਾਂਦਾ,
ਕਈ ਵਾਰ ਬੇਨਤੀ ਕਰ ਚੁੱਕੇ ਹਾਂ। ਇਹ ਮੈਂ ਵਾਰ ਵਾਰ ਤਾਂ ਕਹਿ ਰਿਹਾ ਕਿਉਂਕਿ ਮੈਂ ਆਪ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹਾਂ। ਗਰੀਬ ਘਰ ਦਾ ਬੱਚਾ ਜਿਹੜੇ ਸਾਡੇ ਭੈਣ ਭਰਾ ਦਿਹਾੜੀ ਕਰਕੇ ਆਉਂਦੇ ਆ ਉਹ ਨਸ਼ੇ ਜਗਾ ਦਿੰਦੇ ਆ, ਭੈਣਾਂ ਸਾਡੀਆਂ ਜਿਹੜੀਆਂ ਬਜ਼ੁਰਗ ਧੀਆਂ ਉਹ ਕੰਮ ਕਰਦੀਆਂ, ਉਹਨਾਂ ਤੋਂ ਜਾ ਕੇ ਖੋ ਕੇ ਖਾ ਜਾਂਦੇ ਆ, ਜੋੜੀਆਂ ਤੱਕ ਘੜਾ ਤੋਂ ਵੇਚਦੀਆਂ। ਪਰ ਇਹ ਅੱਜ ਤਾਂ ਹੀ ਹੋਇਆ ਵੀ ਸਾਡੀ ਸਰਕਾਰ ਆ ਜਿਹੜੀ, ਮੈਂ ਮਾੜਾ ਨੀ ਕਹਿੰਦਾ, ਲੋਕੀ ਬਦਲਾਅ 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 ਕਹਿੰਦੇ ਸੀ, ਬਦਲਾਅ ਭਰਾਵੋ ਹੋ ਜਾਇਆ ਵੀ ਸਾਨੂੰ ਮੱਝ ਕੇ ਰੱਖਦਾ। ਆਓ ਫਤਿਹ ਦੀ ਸਾਂਝ ਪਾਈਏ, ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ, ਮੇਰੇ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਬੁਲਾਰਿਆਂ ਨੇ ਬੜੀ ਤਫਸੀਲ ਦੇ ਨਾਲ ਅੱਜ ਦੇ ਇਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹੈ। ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਕੇ ਆਪਦਾ ਸਮਾਂ ਲਵਾਂਗਾ ਕਿਉਂਕਿ ਸਿਹਤ ਠੀਕ ਨਹੀਂ ਸੀ, ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਆਪਣੇ ਫਰਜ਼ਾਂ ਤੋਂ ਨਹੀਂ ਭੱਜਦਾ। ਇਸ ਲਈ ਮੈਂ ਤੁਹਾਨੂੰ ਫਤਿਹ ਬੁਲਾਉਣ ਦੇ ਲਈ ਇੱਥੇ ਜ਼ਰੂਰ ਹਾਜ਼ਰ ਹੋਇਆ ਕਿਉਂਕਿ ਬਹੁਤ ਵੱਡੀ ਉਮਰ ਦੇ ਬਜ਼ੁਰਗ ਵੀ ਇੱਥੇ ਪਹੁੰਚੇ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਕਿਉਂ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੀ ਆਵਾਜ਼ ਉਠਾਉਣ ਦੇ ਲਈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਨੂੰ ਪੰਜਾਬ ਦਾ ਦਰਦ ਹੈ। ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਸਿਆਸੀ ਰੋਟੀਆਂ ਸੇਕਣ ਵਾਸਤੇ ਜ਼ਰੂਰ ਇੱਥੇ ਰੋਸਟਰ ਨਿਕਲਣਗੀਆਂ, ਜਿਵੇਂ ਕਿ ਕਾਂਗਰਸ ਕਰਕੇ ਗਈ ਹੈ। ਪਰ ਇਹ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਇਹਨਾਂ ਨੂੰ ਦਰਦ ਕੋਈ ਨਹੀਂ, ਕਿਉਂਕਿ ਇਹਨਾਂ ਦੇ ਰਿਮੋਟ ਕੰਟਰੋਲ ਇਹਨਾਂ ਦੇ ਆਪਦੇ ਹੱਥ ਨਹੀਂ, ਦਿੱਲੀ ਦੇ ਹੱਥ ਹੈ। ਸੋ ਇਸ ਕਰਕੇ ਪੰਜਾਬ ਦੀ ਜਨਤਾ ਦੇ ਨਾਲ ਜਦੋਂ ਵੀ ਧੋਖਾ ਹੋਏਗਾ, ਜਦੋਂ ਵੀ ਧੱਕਾ ਹੋਏਗਾ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣਾ ਫਰਜ਼ ਸਮਝਦਾ ਹੋਇਆ ਹਮੇਸ਼ਾ ਹਿੱਕ ਡਾਹ ਕੇ ਅੱਗੇ ਆਇਆ। ਜਿੱਥੇ ਮੋਰਚੇ ਲਾਉਣੇ ਪਏ ਹੈ, ਜਿੱਥੇ ਸ਼ਹਾਦਤਾਂ ਦੀ ਲੋੜ ਪਈ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫਰਜ਼ ਨਿਭਾਇਆ। ਇਸ ਕਰਕੇ ਸਾਡੀ ਸ਼੍ਰੋਮਣੀ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ, ਇਸ ਦੀ ਪਹਿਲੀ ਔਰ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਹੋਏ ਉਹਨਾਂ ਦੇ ਨਾਲ ਖੜੀਏ ਔਰ ਹਮੇਸ਼ਾ ਇਸੇ ਤਰ੍ਹਾਂ ਹੀ ਖੜਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ, ਬੜੀ ਵੱਡੀ ਗਿਣਤੀ ਵਿੱਚ ਆਏ ਹੋ, ਇੰਨੀ ਹਾਜ਼ਰੀ ਕਬੂਲ ਕਰਨੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਲੰਡੇਕੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਧਰਨਾ ਜਾਰੀ ਹੈ, ਔਰ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਚਾਰੇ ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਸਾਹਿਬਾਨ ਸਰਦਾਰ ਤੀਰਥ ਸਿੰਘ ਜੀ ਮਾਲਾ ਬਾਘਾ ਪੁਰਾਣਾ, ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਧਰਮਕੋਟ, ਸਰਦਾਰ ਸੁਰਜੀਤ ਸਿੰਘ ਜੀ ਸੰਨੀ ਗਿੱਲ ਮੋਗਾ, ਸਰਦਾਰ ਬਲਦੇਵ ਸਿੰਘ ਜੀ ਮਾਣੂਕੇ ਹਲਕਾ ਨਿਹਾਲ ਸਿੰਘ ਵਾਲਾ, ਔਰ ਲੋਕ ਸਭਾ ਦੀ ਚੋਣ ਲੜ ਚੁੱਕੇ ਸਾਡੇ ਛੋਟੇ ਵੀਰ ਰਾਜਵਿੰਦਰ ਸਿੰਘ ਧਰਮਕੋਟ, ਔਰ ਸਾਰੇ ਭਰਾਵਾਂ ਨੂੰ ਫਤਿਹ ਅਰਜ਼ਾ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਮਾਂ ਵੀ ਬਹੁਤ ਹੋ ਗਿਆ, ਮੁੱਦਾ ਵੀ ਐਸਾ ਹੈ ਕਿ ਸਰਕਾਰ ਨੇ ਬਿਜਲੀ ਦੇ ਜਿਹੜੇ ਆਪਾਂ ਨੂੰ ਫ੍ਰੀ ਦੇ ਕੇ ਜੇਬ ਦੇ ਵਿੱਚ 4 ਪੈਸੇ ਪੰਜਾਬ ਦੇ ਲੋਕਾਂ ਦੇ ਪਾਏ ਸੀ, ਉਹ ਅੱਜ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਬਿਜਲੀ ਦੇ ਜਿਹੜੀ ਸਬਸਿਡੀ ਆ ਉਹ ਖਤਮ ਕਰਕੇ ਅੱਜ ਮੈਂ ਸਮਝਦਾ ਕਿ ਪੰਜਾਬ ਵਾਸੀਆਂ ਦਾ ਥੱਲਿਓਂ ਗੀਝਾ ਕੱਟ ਲਿਆ। ਸੋ ਬਹੁਤ ਲੰਮਾ ਸਮਾਂ ਹੋ ਗਿਆ ਇਸ ਮੁੱਦੇ ਤੇ ਬੋਲਦਿਆਂ ਨੂੰ, ਸਾਡੇ ਸਤਿਕਾਰਯੋਗ ਸਾਰੇ ਹਲਕਾ ਇੰਚਾਰਜ ਸਾਹਿਬਾਨ ਨੇ ਬੋਲਣਾ ਹੈ, ਤਾਂ ਮੈਂ ਕੇਵਲ ਤੁਹਾਨੂੰ ਬਸ ਫਤਿਹ ਬੁਲਾ ਕੇ ਬੈਠਣਾ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਅਰਜਾ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਬੁਲਾਰਿਆਂ ਨੇ ਭਗਵੰਤ ਮਾਨ ਦੀ ਸਰਕਾਰ ਬਾਰੇ ਬੜੇ ਵਿਸਥਾਰ ਨਾਲ ਦੱਸਿਆ,
ਪਰ ਆਪਾਂ ਨਾ ਹੀ ਕਹਿ ਰਹੇ ਹਾਂ ਕਿ ਆਪਣੇ ਕਿਸੇ ਲੀਡਰਸ਼ਿਪ ਲੀਡਰ ਦਾ ਨਾ ਘੱਟ ਲਈਏ। ਮੈਂ ਸਮਝਦਾ ਇਸ ਮੋਗੇ ਜ਼ਿਲ੍ਹੇ ਦੀ ਨੁਹਾਰ ਨੂੰ ਬਦਲਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਜਹੇਦਾਰ ਸਰਦਾਰ ਤੋਤਾ ਸਿੰਘ ਜੀ, ਜਿਨ੍ਹਾਂ ਦੀ ਬਦੌਲਤ ਆਹ ਸੈਕਟਰੀ ਜਿੱਥੇ ਆਪਾਂ ਅੱਜ ਧਰਨਾ ਦੇ ਰਹੇ ਹਾਂ, ਕੋਈ ਇੱਥੇ ਸਟੇਡੀਅਮ ਦੇਖ ਲਓ ਚਾਹੇ ਮੰਡੀਆਂ ਦੇਖ ਲਓ ਜਾਂ ਜਿੰਨਾ ਵੀ ਇਸ ਮੋਗੇ ਚ ਵਿਕਾਸ ਹੋਇਆ ਹੈ, ਉਸ ਮੇਰਾ ਬਹੁਤ ਹੀ ਸਤਿਕਾਰਯੋਗ ਜਹੇਦਾਰ ਸਰਦਾਰ ਤੋਤਾ ਸਿੰਘ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਤੇ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਸਿਰਫ ਫਤਿਹ ਹੀ ਬੁਲਾਉਣੀ ਹੈ ਕਿ ਸਮਾਂ ਹੋ ਗਿਆ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਬਲਦੇਵ ਸਿੰਘ ਬਣ ਕੇ, ਸੋ ਮੈਂ ਬੇਨਤੀ ਕਰਾਂ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਗਿੱਲ ਸਨੀ ਗਿੱਲ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਸਾਹਿਬਾਨ ਜੋ ਅੱਜ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਆ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਨੇ ਸਾਰੇ ਪੰਜਾਬ ਦੇ ਲੋਕਾਂ ਦੀ ਹਾਹਾਕਾਰ ਨੂੰ ਸੁਣਦਿਆਂ ਇਹ ਪ੍ਰੋਗਰਾਮ ਉਲੀਕਿਆ ਕਿ ਹਰੇਕ ਜ਼ਿਲ੍ਹਾ ਪੱਧਰ ਦੇ ਉੱਤੇ ਇਹ ਜੋ ਮਹਿੰਗਾਈ ਨੂੰ ਲੈ ਕੇ ਡੀਜ਼ਲ ਪੈਟਰੋਲ ਦੇ ਰੇਟ, ਟਰਾਂਸਪੋਰਟ ਦੇ ਰੇਟ ਤੇ ਬਿਜਲੀ ਦੇ ਜਿਹੜੇ ਰੇਟ ਵਧੇ ਆ, ਇਹਨਾਂ ਦੇ ਵਿਰੋਧ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣ ਤੇ ਮੈਮੋਰੈਂਡਮ ਦਿੱਤਾ ਜਾਵੇ ਤਾਂ ਜੋ ਇਹ ਰੇਟਾਂ ਨੂੰ ਵਾਪਸ ਕਰਵਾਇਆ ਜਾਵੇ। ਉਹਨਾਂ ਦੇ ਉਲੀਕੇ ਹੋਏ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮੋਗਾ ਦੇ ਅਮਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਸਰਕਲ ਪ੍ਰਧਾਨ ਸਾਹਿਬਾਨ ਤੇ ਸਮੂਹ ਸਰਪੰਚ ਮੈਂਬਰ ਸਾਹਿਬਾਨ ਤੇ ਅਹੁਦੇਦਾਰ ਸਾਹਿਬਾਨ, ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਅੱਜ ਕੂਕ ਮਾਰਨ ਵਾਸਤੇ ਇਕੱਠੇ ਹੋਏ ਆ ਇਹ ਸੈਕਟਰੀਏਟ ਦੇ ਮੂਹਰੇ, ਡੀਸੀ ਦਫ਼ਤਰ ਦੇ ਮੂਹਰੇ, ਕਿਉਂਕਿ ਇਸ ਜ਼ਿਲ੍ਹੇ ਦੀ ਸਰਕਾਰ ਡੀਸੀ ਆ, ਸਾਡੇ ਮੋਗੇ ਜ਼ਿਲ੍ਹੇ ਦੀ ਸਰਕਾਰ ਡੀਸੀ ਆ। ਇਹ ਡੀਸੀ ਨੂੰ ਆਪਦਾ ਵਿਰੋਧ ਦਰਜ ਕਰਾਉਣ ਵਾਸਤੇ ਉਸ ਪੰਜਾਬ ਦੀ ਜਨਤਾ, ਜਿਹੜਾ ਪੰਜਾਬ ਕਿਤੇ ਅਮੀਰਾਂ ਦਾ ਪੰਜਾਬ ਹੁੰਦਾ ਸੀ, ਜਿਹਨੂੰ ਲੋਕ ਸੋਨੇ ਦੀ ਚਿੜੀ ਕਹਿੰਦੇ ਸੀ, ਜਿਹਦੇ ਰੁਪਈਏ ਦਾ ਮੁੱਲ 30 ਪਾਉਂਡ ਹੁੰਦਾ ਸੀ, ਅੱਜ ਉਹ ਪੰਜਾਬ ਕੰਗਾਲੀ ਦੇ ਕਗਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਇਹਨਾਂ ਸਰਕਾਰਾਂ ਨੇ। ਉਸ ਸਮੇਂ ਕਿੰਨੇ ਪਾਵਰ ਗ੍ਰਿੱਡ ਲੱਗੇ, ਪਿੰਡ ਪਿੰਡ ਪਾਵਰ ਗ੍ਰਿੱਡ ਲਾਏ ਗਏ ਤਾਂ ਜੋ ਬਿਜਲੀ ਦਾ ਨੈਟਵਰਕ ਜਿਹੜਾ ਉਹ ਵਧੀਆ ਕੀਤਾ ਜਾਵੇ, ਅਪਗ੍ਰੇਡ, ਤਾਂ ਜੋ ਮਲਟੀਨੈਸ਼ਨਲ ਕੰਪਨੀਆਂ ਇੱਥੇ ਆ ਕੇ ਇਨਵੈਸਟਮੈਂਟ ਕਰਨ। ਮੰਡੀਆਂ ਅਪਗ੍ਰੇਡ ਕੀਤੀਆਂ ਗਈਆਂ ਤਾਂ ਜੋ ਕਿਸਾਨਾਂ ਨੂੰ ਫਸਲਾਂ ਆਪਦੀਆਂ ਚੱਕ ਕੇ ਦੂਰ ਦੁਰਾਡੇ ਨਾਲ ਜਾਣਾ ਪਵੇ। ਨੈਟਵਰਕ ਉਹੀ ਆਰਥਿਕ ਤੌਰ ਦੇ ਉੱਤੇ ਮਜ਼ਬੂਤੀ ਦਾ ਨੈਟਵਰਕ ਉਹ ਸਾਰਾ ਇਹਨਾਂ ਨੇ ਤਬਾਹ ਕਰਤਾ। ਅੱਜ ਨਿੱਤ ਅਖਬਾਰਾਂ ਦੇ ਵਿੱਚ ਆਪਾਂ ਪੜ੍ਹਦੇ ਹਾਂ ਪੰਜਾਬ ਕੰਗਾਲੀ ਵੱਲ ਨੂੰ ਵੱਧ ਰਿਹਾ, ਕਰਜ਼ੇ ਲੈ ਲੈ ਕੇ ਟਾਈਮ ਪਾਸ ਕੀਤਾ ਜਾ ਰਿਹਾ, ਪੈਨਸ਼ਨਾਂ ਦੇਣ ਨੂੰ ਤਨਖਾਹਾਂ ਦੇਣ ਨੂੰ ਸਰਕਾਰਾਂ ਦੇ ਕੋਲੇ ਕਹਿੰਦੇ ਆ ਲਾਸਟ ਤਮਾਹੀ ਦੇ ਵਿੱਚ, ਜਿਹੜਾ ਮਗਰਲਾ ਕੁਆਟਰ ਆ ਜਿਹੜੇ ਜਿਹਨਾਂ ਨੂੰ ਪੈਸੇ ਦੇ ਇੰਤਜ਼ਾਮ ਇਹਨਾਂ ਦੇ ਕੋਲੇ ਹੈ ਨਹੀਂ। ਬਾਦਲ ਸਾਹਿਬ ਤੋਂ ਬਾਹਰ ਕੋਈ ਵੀ ਪੇ ਕਮਿਸ਼ਨ ਨਹੀਂ ਬਿਠਾਇਆ ਗਿਆ, ਕਿਸੇ ਵੀ ਜਿਹੜਾ ਨੌਕਰੀ ਪੇਸ਼ਾ ਲੋਕ ਆ ਉਹਨਾਂ ਦੀ ਤਨਖਾਹ ਨਹੀਂ ਵਧਾਈ ਗਈ। ਇਹਨਾਂ ਦੇ ਜਿਹੜੇ ਵਾਅਦੇ ਕੀਤੇ ਸੀਗੇ ਕਿਸਾਨਾਂ ਦੀ ਆਮਦਨ ਵਧਾ ਦਾਂਗੇ, ਉਹ ਬੰਦਰਗਾਹ ਵੀ ਬੰਦ ਕਰ ਦਿੱਤੀ ਗਈ ਜਿੱਥੋਂ
ਤੋਂ ਡਾਲ ਇੰਪੋਰਟ ਐਕਸਪੋਰਟ ਹੋਣਾ ਸੀ, ਆਮਦਨੀ ਵਧਣੀ ਸੀ ਕਿਸਾਨਾਂ ਦੀ, ਕੋਈ ਫੈਕਟਰੀਆਂ ਨਹੀਂ ਲੱਗੀਆਂ, ਉਲਟਾ ਜਿਹੜੇ ਉੱਥੇ ਫੈਕਟਰੀਆਂ ਲਾਈ ਬੈਠੇ ਸੀ ਉਹ ਵੀ ਭੱਜ ਗਏ। ਇਹ ਹਾਲ ਵੇਖ ਕੇ ਭ੍ਰਿਸ਼ਟਾਚਾਰ ਵਧਿਆ ਪਿਆ, ਗੈਂਗਸਟਰਵਾਦ ਵਧਿਆ ਪਿਆ, ਪ੍ਰਸ਼ਾਸਨ ਦਾ ਬੁਰਾ ਹਾਲ ਹੋਇਆ ਪਿਆ, ਕੋਈ ਨਾ ਐਂਡ ਆਰਡਰ, ਕੋਈ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦਾ ਕੰਟਰੋਲ ਹੈ ਨਹੀਂ। ਅੱਜ ਅਸੀਂ ਏਜੰਡੇ ਤੋਂ ਨਹੀਂ ਭੜਕ ਸਕਦੇ, ਬੋਲਣ ਨੂੰ ਬਹੁਤ ਖੁਸ਼ ਆ। ਅੱਜ ਸਿਰਫ ਏਜੰਡਾ ਇਹ ਆ ਕਿ 61 ਪੈਸੇ ਜਿਹੜਾ ਪੈਟਰੋਲ ਦਾ ਰੇਟ ਵਧਾ ਦਿੱਤਾ ਗਿਆ, 92 ਪੈਸੇ ਜਿਹੜਾ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ, 3 ਰੁਪਏ ਯੂਨਿਟ ਜਿਹੜਾ ਬਿਜਲੀ ਦਾ ਖਰਚਾ ਵਧਾ ਦਿੱਤਾ ਗਿਆ, ਜਿਹੜਾ ਟਰਾਂਸਪੋਰਟੇਸ਼ਨ ਦਾ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ, ਉਹਦਾ ਇੰਪੈਕਟ ਘੱਟੋ ਘੱਟ 1000 ਰੁਪਇਆ ਮਹੀਨਾ ਪ੍ਰਤੀ ਪਰਿਵਾਰ ਦੀ ਜੇਬ ਦੇ ਉੱਤੇ ਬੋਝ ਪਊਗਾ। ਇਹ ਉਹ ਸਰਕਾਰ ਜਿਹਨੇ ਕਿਹਾ ਸੀ ਕਿ ਅਸੀਂ ਬੀਬੀਆਂ ਨੂੰ 1000 ਰੁਪਇਆ ਦਿਆਂਗੇ ਹਰ ਮਹੀਨੇ, ਇਹ ਉਹ ਸਰਕਾਰ ਡਾਇਰੈਕਟ ਇਨਡਾਇਰੈਕਟ ਤਰੀਕੇ ਦੇ ਨਾਲ ਹਰ ਪਰਿਵਾਰ ਦੀ ਜੇਬ ਦੇ ਵਿੱਚੋਂ 1000 ਰੁਪਇਆ ਕੱਢਣ ਦਾ ਪ੍ਰੋਗਰਾਮ ਬਣਾਈ ਬੈਠੀ ਹੈ। ਉਹ ਪੈਸਾ ਸਾਡੀਆਂ ਜੇਬਾਂ ਦੇ ਵਿੱਚੋਂ ਲੁੱਟ ਕੇ ਆਪ ਉਡਣ ਖਟੋਲਿਆਂ ਤੇ ਉੱਡਦੇ ਆ। ਪਹਿਲਾਂ ਜਾ ਕੇ ਗੁਜਰਾਤ ਦੀਆਂ ਇਲੈਕਸ਼ਨਾਂ 'ਚ ਪੈਸਾ ਫੂਕਿਆ, ਪੰਜਾਬ ਦਾ ਹੋਣ ਹਰਿਆਣੇ ਫੂਕਣਗੇ, ਹੋਰ ਥਾਵਾਂ ਦੇ ਉੱਤੇ ਜਾ ਕੇ ਸਾਡਾ ਪੈਸਾ ਫੂਕਣਗੇ, ਆਪਦੀਆਂ ਯਾਸ਼ੀਆਂ ਤੇ ਆਪਦੇ ਵਿਆਹਾਂ ਦੇ ਉੱਤੇ 1000-1000 ਕਰੋੜ ਰੁਪਇਆ ਲਾਉਣਗੇ, ਆਪਦਾ ਆਪਣਾ ਪੈਸਾ ਇਹਨਾਂ ਕੰਮਾਂ ਦੇ ਉੱਤੇ ਵਰਤਣਗੇ। ਮੈਂ ਪ੍ਰਜੋਰ ਅਪੀਲ ਕਰਦਾ ਸਰਕਾਰ ਨੂੰ, ਡੀਸੀ ਸਾਹਿਬ ਨੂੰ, ਕਿ ਸਾਡਾ ਜਿਹੜਾ ਅੰਦਰ ਆਕਰੋਸ਼ ਆ ਇਹ ਮੇਰਾ ਇਕੱਲੇ ਦਾ ਆਕਰੋਸ਼ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਆਕਰੋਸ਼ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗੁਰਬਾਣੀ ਦੇ ਦੱਸੇ ਅਨੁਸਾਰ, ਗੁਰੂ ਸਾਹਿਬ ਦੇ ਦੱਸੇ ਅਨੁਸਾਰ, ਸਰਬੱਤ ਦੇ ਭਲੇ ਨੂੰ ਲੈ ਕੇ ਗੁਰੂ ਸਾਹਿਬ ਦੇ ਦੱਸੇ ਦੇ ਅਨੁਸਾਰ, ਗੁਰਬਾਣੀ ਦੇ ਦੱਸੇ ਦੇ ਅਨੁਸਾਰ, ਉਸ ਵਿਚਾਰਧਾਰਾ ਦੇ ਉੱਤੇ ਚੱਲਦਾ। ਮਜ਼ਲੂਮਾਂ ਦੀ ਰੱਖਿਆ ਵਾਸਤੇ, ਗਰੀਬਾਂ ਦੀ ਰੱਖਿਆ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਜਿਹੜਾ ਉਹ ਮਜ਼ਬੂਤੀ ਦੇ ਨਾਲ ਪਹਿਰਾ ਦੇਣ ਵਾਸਤੇ ਤਤਪਰ ਖੜਾ। ਜੇ ਸਾਡੀ ਆਵਾਜ਼ ਸਰਕਾਰ ਨੇ ਨਾ ਸੁਣੀ ਤਾਂ ਸਾਨੂੰ ਕੁਛ ਵੀ ਕਰਨਾ ਪਿਆ, ਅਸੀਂ ਹਰ ਕੁਛ ਕਰਨ ਲਈ ਤਿਆਰ ਹਾਂ। ਜੋ ਵੀ ਪ੍ਰੋਗਰਾਮ ਸਾਨੂੰ ਸਾਡੇ ਪਾਰਟੀ ਪ੍ਰਧਾਨ, ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਢੁੰਡਰ ਸਾਹਿਬ ਉਲੀਕ ਕੇ ਦੇਣਗੇ, ਅਸੀਂ ਉੱਥੇ ਪਹਿਰਾ ਦੇਣਗੇ। ਸਾਡੇ ਵੱਲੋਂ ਪੁਰਜ਼ੋਰ ਅਪੀਲ ਆ ਕਿ ਜਿਹੜੇ ਵਾਧੇ ਕੀਤੇ ਗਏ ਪੈਟਰੋਲ ਡੀਜ਼ਲ ਟਰਾਂਸਪੋਰਟੇਸ਼ਨ ਤੇ ਬਿਜਲੀ ਦੇ ਉੱਤੇ ਇਹ ਵਾਪਸ ਲੈ ਜਾਣ। ਇਹਨਾਂ ਜੀ ਦੇ ਨਾਲ ਸਿਰਫ 2 ਮਿੰਟ ਹੀ ਲੈਣੇ ਆ। ਆਪ ਸਭ ਜਾਣਦੇ ਆ ਕਿ ਮੁੱਖ ਕਿੱਤਾ ਖੇਤੀਬਾੜੀ ਆਪਣਾ ਸਭ ਦਾ ਪੰਜਾਬ 'ਚ, ਤੇ ਪੰਜਾਬ 'ਚ ਸਭ ਤੋਂ ਜ਼ਿਆਦਾ ਕਰਜ਼ਾਈ ਜਿਹੜਾ ਕਿਸਾਨ ਹੋ ਰਿਹਾ, ਜਿਹੜਾ ਤਰਲੇ ਕਰ ਰਿਹਾ ਉਹ ਕਿਸਾਨ ਕਰ ਰਿਹਾ, ਬਹੁਤ ਬੁਰਾ ਹਾਲ, ਬੜੀ ਤ੍ਰਾਸਦੀ ਵਿੱਚੋਂ ਨਿਕਲ ਰਹੇ ਹਾਂ ਆਪਾਂ। ਔਰ ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਤੇ ਸੁਚੱਜਾ ਫੈਸਲਾ ਲਿਆ ਕਿ ਵੀ ਆਪਾਂ ਹਰੇਕ ਜ਼ਿਲ੍ਹਾ ਹੈੱਡਕੁਆਟਰ 'ਤੇ ਧਰਨੇ ਲਾਈਏ, ਔਰ ਅੱਜ ਆਪਾਂ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਉਹਨਾਂ ਦੀ ਬਾਖੂਬੀ ਅਗਵਾਈ ਦੇ ਵਿੱਚ ਅਸੀਂ ਇਕੱਤਰਤ ਹੋਏ ਹਾਂ। ਗਰਮੀ ਬਹੁਤ ਹੈ, ਵਧੀਆ ਇੰਤਜ਼ਾਮ ਸੀ, ਲੇਕਿਨ ਫਿਰ ਵੀ ਗਰਮੀ ਦੇ ਮੂਹਰੇ, ਕੁਦਰਤ ਮੂਹਰੇ ਆਪਾਂ ਲੜ ਨਹੀਂ ਸਕਦੇ ਗੇ। ਲੇਕਿਨ ਆਪਾਂ ਦਾ ਜਿਵੇਂ ਕਹਿੰਦੇ ਹੁੰਦੇ ਕਾਬਲ 'ਚ ਰਹਿੰਦੇ ਨੂੰ ਨਿੱਤ ਮੁਹਿੰਮਾਂ, ਆਪਾਂ ਤਾਂ ਰੋਜ਼, ਆਪਾਂ ਤਾਂ 8 ਸਾਲ ਹੋ ਗਏ ਤਕਰੀਬਨ, ਆਪਾਂ ਦਾ ਕਦੇ ਧਰਨਿਆਂ 'ਤੇ ਕਦੇ ਸੰਘਰਸ਼ਾਂ ਦੇ ਵਿੱਚ ਆਪਣਾ ਜੀਵਨ ਨਿਕਲ ਰਿਹਾ। ਆਪਾਂ ਤੋਂ ਪਹਿਲਾਂ ਬਜ਼ੁਰਗਾਂ ਦਾ ਔਰ ਖਾਸ ਕਰਕੇ ਆਪਣਾ ਵੀ ਜਿੰਨਾ ਵੀ ਯੋਗਦਾਨ ਨਾਲ ਰਿਹਾ ਸੰਘਰਸ਼ ਵਿੱਚ ਜ਼ਿਆਦਾ ਰਿਹਾ, ਔਰ ਜਦੋਂ ਵੀ ਰਾਜ ਭਾਗ ਕੋਈ ਆਇਆ ਸਰਕਾਰ ਬਣੀ ਹੈ, ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਭ ਤੋਂ ਵੱਧ ਜੋ ਸੇਵਾ ਭਾਵਨਾ ਨਾਲ ਸੇਵਾ ਨਿਭਾਈ ਹੈ, ਅੱਜ ਆਪਾਂ ਖੂਬੀ ਬਿਆਨ ਕਰ ਸਕਦੇ ਹਾਂ। ਮੈਨੂੰ ਯਾਦ ਆਉਂਦੀ ਹੈ ਜਦੋਂ ਕੰਡਿਆਲ ਵਿਖੇ ਕਾਲਜ ਬਣਿਆ ਸੀ, ਡਿਗਰੀ ਕਾਲਜ, ਤੇ ਮੈਨੂੰ ਇਹ ਵੀ ਗੱਲ ਪਤਾ ਹੈ ਕਿ ਮੈਂ ਜਦੋਂ ਆਹ ਵੋਟਾਂ ਵਿੱਚ ਵੀ ਜਦੋਂ MP ਦੀਆਂ ਇਲੈਕਸ਼ਨਾਂ ਵੀ ਹੋਈਆਂ, ਤੇ ਤਕਰੀਬਨ ਜਦੋਂ ਬੈਠੇ ਹਾਂ ਗਰੀਬ ਪਰਿਵਾਰਾਂ ਵਿੱਚ, SC ਪਰਿਵਾਰ ਇੰਨੇ ਜ਼ਿਆਦਾ ਮਿਲੇ, ਕੋਈ ਕਹਿੰਦਾ ਸੀ 270 ਰੁਪਏ 'ਚ ਆਪਦੀ ਬੇਟੀ ਨੂੰ BA ਕਰਾ ਲਈ ਉਸ ਕਾਲਜ 'ਚ, ਕੋਈ ਕਹਿੰਦਾ ਸੀ MA ਕਰਾ ਲਈ,
ਤੇ ਨਹੀਂ ਤਾਂ ਅਸੀਂ ਕਾਲਜ ਭੇਜਣਾ ਹੀ ਨਹੀਂ ਸੀ ਬੇਟੀ ਨੂੰ, ਕਿਉਂਕਿ ਦੂਰ ਮੁੱਕੇ ਕਿੱਥੇ ਬੱਸਾਂ 'ਚ ਜਾਵੇ। ਸਾਡੇ ਬੁੱਕਲ ਦੇ ਵਿੱਚ ਜਹਿਦਰ ਜੀ ਕਾਲਜ ਬਣਾ ਗਏ, ਬਿਜਲੀ ਘਰ ਬਣਾ ਗਏ, ਇੱਕ ਇੰਜੀਨੀਅਰਿੰਗ ਕਾਲਜ ਸ਼ੁਰੂ ਕਰਾ ਕੇ ਅਸੀਂ ਕਾਂਗਰਸੀਆਂ ਨੇ ਬੰਦ ਕਰਤਾ। ਹੁਣ ਠੀਕ ਆ, ਅੱਜ ਆਪਾਂ ਸਰਕਾਰ ਦੇ ਖਿਲਾਫ਼ ਧਰਨੇ ਤੇ ਬੈਠੇ ਹਾਂ, ਲੇਕਿਨ ਭੁੱਲਣਾ ਤੁਹਾਨੂੰ ਕਾਂਗਰਸ ਨੂੰ ਵੀ ਨਹੀਂ ਚਾਹੀਦਾ। ਕਾਂਗਰਸ ਨੇ ਆਪਣੇ ਨੇ ਜਿੱਥੇ ਜ਼ੁਲਮ ਕੀਤਾ ਹਾ, ਉੱਥੇ ਆਪਣੀਆਂ ਜਿਹੜੀਆਂ ਰਹਿਤਾਂ ਸੀ ਉਹ ਵੀ ਆਪਾਂ ਤੋਂ ਖੋਹੀਆਂ। ਔਰ ਜੋ ਕਾਂਗਰਸ ਦਾ ਸੈਂਟਰ ਤੋਂ ਸੁਨੇਹਾ ਹੁੰਦਾ ਸੀ, ਖਾਸ ਕਰਕੇ ਸਿੱਖ ਕੌਮ ਦੇ ਖਿਲਾਫ਼, ਪੰਜਾਬ ਦੇ ਖਿਲਾਫ਼, ਉਹ ਡਟ ਕੇ ਉਸ ਗੱਲ ਤੇ ਉਹ ਆਪਦੇ ਤੇ ਖੜਦੇ ਸੀ ਤੇ ਸਾਡੇ ਤੇ ਜ਼ੁਲਮ ਕਰਦੇ ਸੀ, ਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ। ਤੇ ਅੱਜ ਠੀਕ ਹੈ, ਪੰਜਾਬ ਸਰਕਾਰ ਆ ਜਿਹੜੀ ਉਹ ਭਗਵੰਤ ਮਾਨ ਦੀ ਅਗਵਾਈ 'ਚ ਚੱਲ ਰਹੀ ਆ, ਔਰ ਤੁਸੀਂ ਦੇਖੋ ਕਿਵੇਂ ਆਪਣੇ ਗਰੀਬ ਪਰਿਵਾਰਾਂ ਦੇ ਨਾਲ ਬਹੁਤ ਵੱਡਾ ਜਿਹੜਾ ਮਜ਼ਾਕ ਕੀਤਾ ਗਿਆ, ਭਾਵੇਂ 1000 ਰੁਪਏ ਦੀ ਗੱਲ ਕੀਤੀ ਗਈ ਹੈ ਜਾਂ ਕੋਈ ਵੀ ਗੱਲ ਹੈ, ਜੇ 200 ਰੁਪਈਆ ਕਿਸੇ ਜੇਬ 'ਚ ਪਾਇਆ ਤਾਂ 2000 ਰੁਪਈਆ ਕੱਢ ਵੀ ਲਿਆ, ਤੇ ਕਰਜ਼ਾ ਇੰਨਾ ਜ਼ਿਆਦਾ ਵੱਧ ਗਿਆ ਪੰਜਾਬ ਸਰ ਵੀ ਮੇਰਾ ਖਿਆਲ ਹੈ ਜਦੋਂ ਤੱਕ ਇਹ ਸਰਕਾਰ ਦੇ 5 ਸਾਲ ਪੂਰੇ ਹੋਣੇ ਆ, 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਜਿਹੜਾ ਪੰਜਾਬ ਸਰ ਹੋ ਜਾਣਾ, ਔਰ ਸਿਰਫ ਇਸ ਸਰਕਾਰ ਦੀ ਵਜ੍ਹਾ ਕਰਕੇ। ਤੇ ਕਿੱਧਰ ਕਿਹੜਾ ਬਦਲਾ, ਔਰ NRI ਭਰਾਵਾਂ ਨੇ ਬੜਾ ਇਹਨਾਂ ਨੂੰ ਸਹਿਯੋਗ ਦਿੱਤਾ ਸੀ, ਅੱਜ ਉਹਨਾਂ ਨੇ ਕੋਈ ਸਿਆਣ ਨਹੀਂ ਕਰਦਾ, ਜਿਹੜੇ ਇੱਥੇ ਭਰਾਵਾਂ ਨੇ ਸਹਿਯੋਗ ਦਿੱਤਾ ਉਹਨਾਂ ਨੇ ਕੋਈ ਸਿਆਣ ਨਹੀਂ ਕਰਦਾ। ਤੁਸੀਂ ਦੇਖੋ ਅੱਜ ਯੂਥ ਦੇ ਆਗੂ ਸਾਹਿਬਾਨ, ਨੌਜਵਾਨ ਵੀਰ, ਖਾਸ ਕਰਕੇ ਜਿਹਨਾਂ ਨੇ ਵੱਡੀ ਗਿਣਤੀ 'ਚ ਉਹਨਾਂ ਦਾ ਸਾਥ ਨਿਭਾਇਆ, ਅੱਜ ਉਹ ਸ਼ਰਮੋ ਸ਼ਰਮੀ ਮਹਿਸੂਸ ਕਰਦੇ ਆ ਵੀ ਸਾਡੇ ਬਹੁਤ ਵੱਡੀ ਗਲਤੀ ਹੋਈ ਆ। ਦਿਨ ਦਿਹਾੜੇ ਡਾਕੇ ਪੈ ਰਹੇ ਆ, ਚੋਰੀਆਂ ਹੋ ਰਹੀਆਂ, ਔਰ ਜਲਾਲਾਬਾਦ ਕਿੱਡਾ ਕਿ ਕਿਤੇ ਸ਼ਹਿਰ ਆ, ਪਿੰਡ ਹੀ ਹੈ, ਜਿਹੜੀਆਂ ਦੁਕਾਨਾਂ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ, ਕਹਿੰਦੇ ਬਾਈ ਜੀ ਸਿਖਰ ਤੋਂ ਪਹਿਲੇ ਕੋਈ ਨਾ ਕੋਈ ਮੂਹਰੋਂ ਸਮਾਨ ਚੱਕ ਕੇ ਭੱਜ ਜਾਂਦਾ, ਕਦੇ ਕੋਈ ਲੈ ਜਾਂਦਾ, ਕੋਈ ਜਿੰਦੇ ਭੰਨ ਕੇ ਲੈ ਜਾਂਦਾ, ਕੋਈ ਕੇਸ ਜਮ੍ਹਾਂ ਕਰਾਉਣ ਗਿਆ ਉਹਦੇ ਮਗਰ ਮੋਟਰਸਾਈਕਲ ਲਾ ਲੈਂਦਾ, ਇੰਨਾ ਬੁਰਾ ਹਾਲ ਆ ਵੀ ਅਸੀਂ ਦੱਸ ਨਹੀਂ ਸਕਦੇ। ਇੱਕ ਅੱਧਾ ਦਿਨ ਪੁਲਿਸ ਵਾਲੇ ਆਏ ਮੁੜ ਕੇ ਭੁੱਲ ਗਏ, ਤੇ ਹੁਣ ਮੁੱਢ ਬੰਨਣਾ ਤੁਸੀਂ, ਅਸਲ ਮੁੱਢ ਮੈਂ ਪੰਚਾਇਤਾਂ ਦੀਆਂ ਚੋਣਾਂ ਤੋਂ ਬੰਨਿਆ ਜਾਣਾ, ਹੁਣ ਪੰਚਾਇਤਾਂ ਦੀਆਂ ਚੋਣਾਂ ਜਮ੍ਹਾਂ ਸਿਰ ਤੇ ਹੀ ਆ, ਸਮਝ ਲਓ ਇਹਨਾਂ ਨੂੰ ਕਰਾਉਣੀਆਂ ਪੈ ਰਹੀਆਂ ਨਾ ਸਿਰ ਤੇ ਨੂੰ, ਨਹੀਂ ਤਾਂ ਇਹ ਟਾਲੀ ਜਾਂਦੇ ਸੀ। ਇਹਨਾਂ ਨੂੰ ਪਤਾ ਸੀ ਵੀ ਸਾਡਾ ਇਹਨਾਂ ਝੁਰਨੂ ਬਾਹਰ ਆ ਜਾਣਾ, ਤੇ ਪਤਾ ਲੱਗ ਜਾਣਾ ਵੀ 5-5 ਉਮੀਦਵਾਰ ਬਣੇਗਾ ਸਾਡੇ ਪਿੰਡਾਂ 'ਚ, ਤੇ ਮੁੜ ਕੇ ਜਦੋਂ ਇੱਕ ਦੇ ਮਗਰ ਲਾਂਦੇ ਨੂੰ ਕਹਾਂਗੇ ਤੇ ਮੁੜ ਕੇ ਚਾਰਾਂ ਨੇ ਭੱਜ ਜਾਣਾ। ਤਾਂ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਸਾਬਾ ਹੁਣ ਪਟਾਰੀ 'ਚੋਂ ਬਾਹਰ ਆਉਣ ਲੱਗਿਆ, ਇਹ ਵਾਸਤੇ ਸਭ ਤੋਂ ਵੱਡਾ ਰੋਲ ਤੁਸੀਂ ਕਰਨਾ, ਤੇ ਜਿਹੜਾ ਸਾਡਾ ਰੋਲ ਆ ਉਹ ਕਦੋਂ ਹੋਵੇ ਸੋਨੇ ਦੀ ਤੁਹਾਡੇ ਨਾਲ ਖੜਾਂਗੇ ਮੁੰਡਾ ਮੁੰਡਾ ਲਾ ਕੇ। ਕੋਈ ਗੱਲ ਹੋਵੇ, ਕੋਈ ਕਾਰਜ ਭਰਨਾ ਹੋਵੇ, ਕੋਈ ਅਫਸਰ ਨੂੰ ਮਿਲਣਾ ਹੋਵੇ, ਕਿਸੇ ਤਰ੍ਹਾਂ ਦੀ ਗੱਲ ਕਰਨੀ ਹੋਵੇ, ਅੱਜ ਦਾ ਧਰਨੇ ਦਾ ਪਹਿਲਾਂ ਸ਼ੁਰੂਆਤ ਹੋਈ ਹੈ ਕਿਸੇ ਵੀ ਪਿੰਡ ਵਿੱਚ, ਮੈਂ ਨਹੀਂ ਕਹਿੰਦਾ ਵੀ ਧਰਮਕੋਟ ਜਾਂ ਬਾਘਾ ਪੁਰਾਣਾ ਜਾਂ ਨਿਹਾਲ ਸਿੰਘ ਵਾਲਾ ਜਾਂ ਮੋਗਾ, ਕਿਸੇ ਵੀ ਯਾਤਰੀ ਹੋਊਗੀ ਪੂਰੇ ਡਾਂਗ ਲੈ ਕੇ ਨਾਲ ਖੜਾਂਗੇ, ਪੂਰੇ ਮੈਂ ਜ਼ਰੂਰ ਕਹੂੰਗਾ ਕਿ ਸਰਪੰਚਾਂ ਤੋਂ ਪਹਿਲਾਂ ਮੈਂਬਰਾਂ ਨੂੰ ਚੁਣਨ ਵਾਸਤੇ ਆਪਦਾ ਪ੍ਰਬੰਧ ਜ਼ਰੂਰ ਕਰੋ, ਮੈਂਬਰ ਜੇ ਥੋੜ੍ਹੇ ਮਜ਼ਬੂਤ ਹੋ ਗਿਆ ਤਾਂ ਤੁਹਾਡੀ ਸਰਪੰਚੀ ਵੀ ਮਜ਼ਬੂਤ ਹੋ ਜਾਊਗੀ। ਕਈ ਵਾਰੀ ਆਪਾਂ ਸਰਪੰਚਾਂ ਦੇ ਚੱਕਰ ਦੇ ਮੈਂਬਰਾਂ ਨੂੰ ਭੁੱਲ ਜਾਂਦੇ ਹਾਂ, ਉਹ ਆਪਦੀ ਤਿਆਰੀ ਰੱਖੋ, ਰਿਜ਼ਰਵ ਜਨਰਲ ਕਿਸੇ ਨੂੰ ਪਤਾ ਹਜੇ ਕਦੋਂ ਹੋਣਾ ਕੀ ਹੋਇਆ, ਪਰ ਜਦੋਂ ਸਮਾਂ ਆ ਗਿਆ ਤੇ ਆਪਣੇ ਆਪ ਤੁਸੀਂ ਵੇਖੋਗੇ ਅਲਾਰਮ ਵੱਜ ਜਾਣਾ। 33% ਬੀਬੀਆਂ ਦੇ ਰਿਜ਼ਰਵ ਹੋ ਗਿਆ, ਉਹ ਵੀ ਤੁਹਾਨੂੰ ਪਤਾ ਸੈਂਟਰ ਸਰਕਾਰ ਨੇ ਐਲਾਨ ਕੀਤਾ MLA MP ਵਾਲੀਆਂ ਗਾਹਾਂ ਤੋਂ ਨਾ 33% ਲੇਡੀਜ਼ ਦੇ ਰਿਜ਼ਰਵੇਸ਼ਨ ਹੋ ਗਈ ਆ। ਔਰ ਇਸੇ ਤਰ੍ਹਾਂ ਪੰਚਾਇਤਾਂ ਦੇ ਨਾਲ ਕੀ ਕਰੂੰਗੇ, ਖੜੇ ਪੈਰ ਕੁਛ ਨੀ ਪਤਾ ਲੱਗਣਾ, ਪਰ ਤੁਸੀਂ ਤਗੜੇ ਹੋ ਕੇ ਇਸ ਗੱਲ ਤੇ ਪਹਿਰਾ ਦਿਓ, ਔਰ ਅਸੀਂ ਪੂਰਾ ਪਹਿਰਾ ਦਿਆਂਗੇ। ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ, ਆਹ ਰਵੀ ਜੀ ਬੈਠੇ ਆ, ਤੁਸੀਂ ਵੇਖੋ ਕਾਂਗਰਸ ਸਾਨੂੰ ਭਰ ਨਹੀਂ ਸੀ ਦਿੰਦੇ ਤਾਂ ਬੜਾ ਔਖਾ ਖਿਆਈ ਆਉਂਦੀ ਸੀ। ਔਰ ਤੁਸੀਂ ਵੇਖੋਗੇ ਜਦੋਂ ਅਸੀਂ ਅਫਸਰਾਂ ਕੋਲ ਗਏ, ਅਫਸਰ ਕਹਿੰਦੇ ਅਸੀਂ ਯਾਰ ਕਿਸੇ ਦੇ ਮਤਹਿਤ ਨਹੀਂ, ਅਸੀਂ ਜੋ ਕਹੋਗੇ ਸੱਚ ਕਰਾਂਗੇ, ਸਾਡੇ ਤੇ ਜਹਿਰ ਜਾਰ ਜੀ ਦਾ ਸਾਨ ਹੈ, ਸਾਡੇ ਤੇ ਪਾਰਟੀਆਂ ਦੇ ਸਾਨ ਹੈ, ਉਹੀ ਅਫਸਰ ਹੋ ਬੈਠੇ ਆ, ਉਹ ਪ੍ਰਵਾਹ ਨਾ ਕਰੋ। ਔਰ ਉਹਨਾਂ ਕੋਲ ਜੋ ਜਾਵਾਂਗੇ, ਹੁਣ ਤਾਂ ਵੈਸੇ ਹੀ ਕਹਿੰਦੇ ਹੁੰਦੇ ਬੀਤਿਆ ਵਾਲਾ ਸਮਾਂ ਇਸ ਸਰਕਾਰ ਦਾ, ਆ ਪਾਰਲੀਮੈਂਟ ਦੇ ਬਾਅਦ ਤਾਂ ਕੋਈ ਜਾਨ ਹੀ ਨਹੀਂ ਰਹਿੰਦੀ ਹੁੰਦੀ, ਤਾਂ ਤੁਸੀਂ ਦੇਖੋ ਚੰਗੇ ਕੰਮ ਕੀਤੇ ਕੋਈ ਨਹੀਂ, ਲੋਕ ਇਹਨਾਂ ਦੇ ਹਾਈ ਨਾਲ, ਤੇ ਵੱਧ ਤੋਂ ਵੱਧ ਉਹਨਾਂ ਪ੍ਰਤੀਕਾਂ ਬਣਾਓ ਤਾਂ ਜੋ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਡੀ ਬਣੇ।
ਮੇਰੀ ਕੱਲ ਹੀ ਗੱਲ ਹੋ ਰਹੀ ਸੀ ਫੋਨ ਤੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਨਾਲ, ਕਹਿੰਦੇ ਕਿੰਨਾ ਕੁ ਇਕੱਠ ਕਰੋਗੇ, ਮੈਂ ਕਿਹਾ ਜੀ ਇਕੱਠ ਤਾਂ ਜਿੰਨਾ ਕੁ ਉਨਾ ਹੀ ਕਰਾਂਗੇ, ਪਰ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਵੀ ਜੇਕਰ ਦੋ ਮਿੰਟ ਆਓ। ਉਹ ਕਹਿੰਦੇ ਮੇਰੇ ਜਿਵੇਂ ਬਹੁਤ ਆ, ਮੈਂ ਕੋਸ਼ਿਸ਼ ਕਰੂੰਗਾ, ਲੇਕਿਨ ਉਹ ਆ ਨਹੀਂ ਸਕੇ, ਆਪਾਂ ਉਹਨਾਂ ਦੀ ਵੀ ਹਾਜ਼ਰੀ ਲਾਉਣੇ ਆ। ਪਰ ਅੱਜ ਜਿਹੜਾ ਇਕੱਠ ਹੋਇਆ, ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦੇ ਹਾਂ, ਬਹੁਤ ਵੱਡਾ ਇਕੱਠ ਤੇ ਸੋਹਣਾ ਇਕੱਠ ਹੋਇਆ, ਔਰ ਛੋਟੇ ਸੱਦੇ ਦੇ ਵੱਡੇ ਇਕੱਠ ਵਿੱਚ ਆਏ ਹਾਂ, ਸਭ ਦਾ ਤਹਿ ਦਿਲ ਧੰਨਵਾਦ ਕਰਦਾ, ਔਰ ਨਾਲ ਮੈਂ ਬੇਨਤੀ ਕਰਦਾ ਕਿ ਠੀਕ ਹੈ ਭਾਵੇਂ ਗਿੱਦੜ ਵਾਲੇ ਜੋੜੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਰੇ ਬਣਾਏ ਨੇ ਅੱਜ ਦੇ ਰੋਸ ਧਰਨੇ ਦੇ ਵਿੱਚ, ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਬਿਜਲੀ ਦੇ ਬਿੱਲਾਂ ਦੇ ਵਿੱਚ ਵਾਧਾ ਹੋਇਆ, ਬਸ ਕਿਰਾਏ ਦੇ ਵਿੱਚ ਵਾਧਾ ਹੋਇਆ, ਵੀਰੋ ਰਾਮ ਦੇ ਤੌਰ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਨਗਰ ਮਾਲਾ ਗ੍ਰਾਮ ਦੇ ਮੁਰਗੀ ਦੇ 10 ਰੁਪਏ ਲੱਗਦੇ ਹੁੰਦੇ ਸੀ, ਜਿਹਦੇ ਦਾ ਕਿਰਾਇਆ ਵਧਿਆ 15 ਰੁਪਈਏ ਲੱਗਣ ਲੱਗ ਗਏ। ਮਾਲਾ ਦੇ ਬਾਗੇ ਪੁਰਾਣੇ ਨੇ 25 ਰੁਪਈਏ ਲੱਗਦੇ ਹੁੰਦੇ ਸੀ, ਉਦੋਂ ਦੇ 35 ਰੁਪਈਏ ਲੱਗਣ ਲੱਗ ਗਏ। ਵੀਰੋ ਅੱਜ ਤੱਕ ਜਿੰਨਾ ਕਰਜ਼ਾ ਇਹ ਸਰਕਾਰ ਨੇ ਚੜਾ ਦਿੱਤਾ 3 ਸਾਲਾਂ ਦੇ ਵਿੱਚ, 300 ਕਰੋੜ ਰੁਪਈਆ ਕਰਜ਼ਾ ਪਹਿਲਾਂ ਕਾਂਗਰਸ ਦਾ ਰਾਜ ਲੰਮਾ ਸਮਾਂ ਰਿਹਾ, ਉਦੋਂ ਚੜਿਆ ਸੀ 1 ਲੱਖ ਕਰੋੜ ਰੁਪਈਆ ਜਿਹੜਾ ਕਰਜ਼ਾ, ਇਹਨਾਂ ਨੇ 3 ਸਾਲਾਂ ਦੇ ਵਿੱਚ ਚੜਾ ਦਿੱਤਾ। ਹਜੇ ਜਿਹੜਾ 2 ਸਾਲ ਰਹਿੰਦੇ ਆ, ਇਹਨਾਂ ਕਰਜ਼ੇ ਇਹਨਾਂ ਨੇ ਹੋਰ ਚੜਾ ਦੇਣਾ, 500 ਕਰੋੜ ਰੁਪਈਆ ਛੱਡ ਕੇ ਜਾਣਗੇ। ਹਰ ਗਰਮੇ ਦਾ ਠੱਗੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਵੀਰੋ ਪੁਲਾਂ ਦੇ ਵਿੱਚ ਅੱਜ 5 ਕਿਲੋ ਕਣਕ ਦੇ ਰਹੇ ਇੱਕ ਜੀਵ ਜੀ, ਉਹਦੇ ਵਿੱਚ ਘਬਰਾ ਕੀ ਹੋ ਰਿਹਾ। ਡਿਪਲੋਮਾ ਨੂੰ ਹੱਲ ਕੀਤੇ ਆ ਮਹਿਕਮੇ ਨੇ ਸਰਕਾਰ ਨੇ ਕਿ ਸਾਰਾ ਜੀਵ ਹੈ ਕਿ ਸਾਰਾ ਦਾ ਬੂਟਾ ਲੱਗੂਗਾ, ਫਿਰ ਅਸੀਂ ਉਹ ਕਣਕ ਜਦੋਂ ਦੇਵਾਂਗੇ। ਜੇ ਕਿਸੇ ਦੇ 6 ਜੀ ਹੈ, ਉਹਨਾਂ ਨੂੰ ਵੀਰੋ 2 ਜੀ ਗੈਰ ਹਾਜ਼ਰ ਹੈ, ਉਹਨਾਂ ਨੂੰ 4 ਜੀਆਂ ਦੀ ਕਣਕ ਦੇ ਰਹੇ ਆ। ਇਸ ਕਰਕੇ ਘਬਰਾ ਹੋ ਰਿਹਾ ਕਿ ਖੋਟਾ ਨਹੀਂ ਉਠਾ ਰਹੇ, ਵੀਰੋ 4 ਜੀਆਂ ਦੀ ਕਣਕ ਰਹਿ ਜਾਣੀ ਆ, 2 ਜੀਆਂ ਨੇ ਮੇਰੇ ਖਾਣ ਉਹ ਵਿੱਚੋਂ ਨਾ ਕੱਢ ਦਿੱਤੇ ਜਾਣੇ। ਉਹ ਫਿਰ ਕਿਹਾ ਵੀ ਅਸੀਂ ਨਵਾਂ ਹੋਰ ਲੋਕਾਂ ਦਾ ਬਣਾ ਰਹੇ ਹਾਂ। ਵੀਰੋ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਸਾਡੇ ਨਾਲ ਹੋਰ ਠੱਗੀ ਵੱਜ ਰਹੀ ਹੈ, ਕਿਉਂਕਿ ਗਰੀਬਾਂ ਦੇ ਕਾਰਨ ਬਣੇ, ਗਰੀਬਾਂ ਨਾਲ ਹੋਰ ਠੱਗੀ ਵੱਜ ਰਹੀ ਹੈ। ਇਸ ਕਰਕੇ ਵੀਰੋ ਤੁਹਾਡੇ ਚੈਨਲ ਨੂੰ ਬੇਨਤੀ ਹੈ ਕਿ ਕੌਣ ਸਾਰੇ ਬੜੇ ਖੁਸ਼ ਹੋ ਸਕਦੇ ਹੋ ਕਿ ਅਸੀਂ 7 ਸੀਟਾਂ ਜਿਹੜੀਆਂ ਜਿੱਤ ਲਈਆਂ, ਪਰ ਵੀਰੋ ਤੁਹਾਨੂੰ ਪ੍ਰਚਾਰ ਕਰਨਾ ਚਾਹੀਦਾ, ਦੱਸਣਾ ਚਾਹੀਦਾ। ਕਿਉਂਕਿ ਮੈਂ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਫਤਿਹ ਅੱਜ ਕਹਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਾਂਤ ਹੈ ਪਹਿਲਾਂ ਤੋਂ ਲੈ ਕੇ ਕਿ ਜੇਕਰ ਲੋਕ ਹਿੱਤ ਦੇ ਵਿਰੁੱਧ ਕੋਈ ਵੀ ਗੱਲ ਹੁੰਦੀ ਹੈ ਤਾਂ ਉਸਦੇ ਖਿਲਾਫ ਡਟ ਕੇ ਖੜਨਾ। ਉਸੇ ਤਹਿਤ ਹੀ ਅੱਜ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ, ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜੋ ਵਾਰੀ ਦੇ ਨਾਲ ਧਰਨੇ ਲਗਾਏ ਜਾ ਰਹੇ ਹਨ, ਉਸੇ ਤਰ੍ਹਾਂ ਹੀ ਅੱਜ ਮੋਗਾ ਜ਼ਿਲ੍ਹਾ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ ਹੈ। ਕਿਉਂਕਿ ਡੀਜ਼ਲ ਅਤੇ ਪੈਟਰੋਲ ਦੇ ਜੋ ਸਰਕਾਰ ਨੇ ਰੇਟ ਵਧਾਏ ਹਨ, ਔਰ ਉਸਦਾ ਬੋਝ ਬਹੁਤ ਵੱਡਾ ਬੋਝ ਹੈ ਜਿਹੜਾ ਆਮ ਲੋਕਾਂ ਤੇ ਪਿਆ, ਔਰ ਇਸ ਦੇ ਨਾਲ ਹੀ ਜੋ ਬਿਜਲੀ ਦੇ ਵਿੱਚ ਵੀ
ਬਿੱਲਾਂ ਦੇ ਵਿੱਚ ਵੀ ਪਹਿਲਾਂ ਜੋ ਕਿ ਛੋਟ ਸੀਗੀ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਉਹ ਵੀ ਵਾਧਾ ਕੀਤਾ ਗਿਆ। ਔਰ ਕਿਸ ਕਿਸ ਚੀਜ਼ ਦੀ ਗੱਲ ਕਰੀਏ, ਕਿਉਂਕਿ ਬਹੁਤ ਬੁਰਾ ਹਾਲ ਹੈ ਜਿੱਥੇ ਕਿ ਕਿਸਾਨੀ ਪਹਿਲਾਂ ਦਬੀ ਹੋਈ ਹੈ ਔਰ ਅੱਜ ਉਹ ਡੀਜ਼ਲ ਦੇ ਰੇਟ ਔਰ ਪੈਟਰੋਲ ਦੇ ਰੇਟ ਵੱਧ ਕੇ ਸਾਰੇ ਟਰਾਂਸਪੋਰਟਰ ਭਰਾ ਔਰ ਬੱਸਾਂ ਦੇ ਕਿਰਾਏ, ਆਟੋ ਦੇ ਕਿਰਾਏ, ਕਿਉਂਕਿ ਨਿੱਕੇ ਤੋਂ ਨਿੱਕੇ ਇਨਸਾਨ ਤੱਕ ਇਸ ਚੀਜ਼ ਦਾ ਅਸਰ ਪੈਣਾ ਰੇਟ ਵਧਣ ਦੇ ਨਾਲ। ਔਰ ਪਹਿਲਾਂ ਹੀ ਲੋਕੀ ਬਹੁਤ ਦੱਬ ਚੁੱਕੇ ਮਹਿੰਗਾਈ ਦੇ ਥੱਲੇ, ਔਰ ਅਸੀਂ ਇਸ ਧਰਨੇ ਦੇ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਤੁਰੰਤ ਵਾਪਸ ਲਵੇ, ਕਿਉਂਕਿ ਇਹ ਲੋਕਾਂ ਦੇ ਹਿੱਤਾਂ ਦੀ ਖਾਤਰ ਸਰਕਾਰਾਂ ਬਣਦੀਆਂ ਔਰ ਇਹਨਾਂ ਨੇ ਵੀ ਇਹੀ ਨਾਅਰੇ ਲਾ ਕੇ, ਲੋਕ ਹਿੱਤਾਂ ਦੇ ਨਾਅਰੇ ਲਾ ਕੇ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾ ਕੇ ਸਰਕਾਰ ਬਣਾਈ ਸੀ। ਪਰ ਅੱਜ ਸਾਰਾ ਕੁਝ ਉਸਦੇ ਉਲਟ ਹੋ ਰਿਹਾ। ਕਿਸੇ ਵੀ ਜਾ ਵੜੋ ਤੁਸੀਂ, ਕਿਸੇ ਕਚਹਿਰੀ ਜਾ ਵੜੋ, ਕਿਤੇ ਜਾ ਵੜੋ, ਅਜੇ ਇੱਕ ਹੋਰ ਗੱਲ ਹੈ, NOC ਦੀ ਬੜੀ ਮਸ਼ਹੂਰੀ ਹੋ ਰਹੀ ਆ ਵੀ NOC ਮਾਫ ਕਰਤੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਸਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ ਹਨ ਉਹ ਵੀ ਕੋਈ ਕਲੀਅਰ ਨਹੀਂ ਹਨ, ਉਹ ਵੀ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ। ਉਸਦੇ ਵਿੱਚ ਕੋਈ ਕਰਾਰਨਾਮੇ ਦੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਰਜਿਸਟਰਡ ਹੋਣੇ ਚਾਹੀਦੇ ਆ, ਉਸ ਹਿਸਾਬ ਦੇ ਨਾਲ ਕਿਸੇ ਦੀ ਮੇਰਾ ਖਿਆਲ ਕੋਈ ਰਜਿਸਟਰੀ ਫ੍ਰੀ 'ਚ ਹੋ ਹੀ ਨਹੀਂ ਸਕਦੀ, NOC ਹਰ ਇੱਕ ਨੂੰ ਲੈਣੀ ਪਊ। ਔਰ ਪਰ ਜਿਹੜਾ ਆਵਾਜ਼ਾਂ ਔਰ ਜਿਹੜੀਆਂ ਮਸ਼ਹੂਰੀਆਂ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਆ, ਪਰ ਵਿੱਚੋਂ ਜਦੋਂ ਕੋਈ ਵੀ ਸਕੀਮ ਵੇਖਦੇ ਹਾਂ ਤਾਂ ਉਹਦੇ ਵਿੱਚੋਂ ਕੱਖ ਨਹੀਂ ਨਿਕਲਦਾ। ਸੋ ਇਸ ਕਰਕੇ ਚਾਹੇ ਆਟੇ ਦਾਲ ਦੀ ਗੱਲ ਕਰ ਲਈਏ, ਲੱਖਾਂ ਕਾਰਡ ਬਣੇ ਹੋਏ ਸੀ ਪੰਜਾਬ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਕਿ ਬਹੁਤ ਹੀ ਗਰੀਬ ਭਰਾਵਾਂ ਦੇ ਪਰਿਵਾਰਾਂ ਦੇ ਵਿੱਚੋਂ ਨਾਮ ਕੱਟੇ ਗਏ ਔਰ ਉਹਨਾਂ ਨੂੰ ਕਣਕ ਜਿਹੜੀ ਉਹ ਨਹੀਂ ਮਿਲ ਰਹੀ। ਅਜੇ ਕੱਲ੍ਹ ਹੀ ਅਸੀਂ ਪੜ੍ਹ ਰਹੇ ਸੀ ਖਬਰਾਂ, ਕਿਉਂਕਿ ਕੰਪਿਊਟਰ ਦੀਆਂ ਪਰਚੀਆਂ ਤੇ ਹੋਰ ਔਰ ਹੱਥ ਲਿਖਤ ਪਰਚਾ ਹੋਰ ਆ, ਇਹੋ ਜਿਹੇ ਜਿਹੜੀਆਂ ਘਪਲੇ ਹੋ ਰਹੇ ਆ। ਇਹਨਾਂ ਸਾਰਿਆਂ ਦਾ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਇਹਨਾਂ ਦੇ ਵੱਲ, ਔਰ ਜਿਹੜੇ ਕੀਤੇ ਗਏ ਰੇਟਾਂ ਦੇ ਵਿੱਚ ਵਾਧੇ ਆ, ਚਾਹੇ ਉਹ ਬਿਜਲੀ ਦੇ ਆ, ਚਾਹੇ ਉਹ ਬੱਸ ਕਿਰਾਏ ਆ, ਚਾਹੇ ਉਹ ਡੀਜ਼ਲ ਔਰ ਪੈਟਰੋਲ ਦੇ ਆ, ਉਹ ਤੁਰੰਤ ਵਾਪਸ ਲੈਣੇ ਚਾਹੀਦੇ ਆ ਲੋਕ ਹਿੱਤਾਂ ਨੂੰ ਦੇਖਦਿਆਂ ਹੋਇਆਂ। ਕਿਉਂਕਿ ਜਦੋਂ ਅਸੀਂ ਸਰਕਾਰ ਦੇ ਵਿੱਚ ਆ ਜਾਂਦੇ ਹਾਂ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਵੀ ਇਹਨਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਸੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਲੋਕ ਸਰਕਾਰ ਬਣਾਉਣਾ ਚਾਹੁੰਦੇ ਆ ਤੇ ਲਾਉਣਾ ਵੀ ਜਾਣਦੇ। ਅੱਜ ਮਹਿੰਗਾਈ ਨੂੰ ਲੈ ਕੇ ਸਾਰੇ ਪੰਜਾਬ ਦੀ ਰਹਿਨਮਾਈ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਮੈਮੋਰੈਂਡਮ ਦੇਣ ਵਾਸਤੇ ਮੋਗਾ ਜ਼ਿਲ੍ਹੇ ਦੇ ਸਮੂਹ ਅਕਾਲੀ ਵਰਕਰ ਜਿਹੜੇ ਆ ਇਕੱਤਰ ਹੋਏ ਆ, ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਤੇ ਸਾਰੇ ਹਲਕਾ ਇੰਚਾਰਜਾਂ ਦੀ ਅਗਵਾਈ ਦੇ ਵਿੱਚ ਅੱਜ DC ਦਫ਼ਤਰ ਵਿਖੇ ਆ ਕੇ ਮਹਿੰਗਾਈ ਦੇ ਵਿਰੁੱਧ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਹ ਵਾਅਦਿਆਂ ਦੇ ਨਾਲ ਕਿ ਅਸੀਂ ਹੈਲਥ ਸਿਸਟਮ ਫ੍ਰੀ ਕਰ ਦਿਆਂਗੇ, ਐਜੂਕੇਸ਼ਨ ਸਿਸਟਮ ਫ੍ਰੀ ਕਰ ਦਿਆਂਗੇ, ਮਹਿੰਗਾਈ ਘਟਾਵਾਂਗੇ, ਕਿਸਾਨਾਂ ਨੂੰ MSP ਦਿਆਂਗੇ, ਖਰਚੇ ਘਟਾਵਾਂਗੇ ਤੇ ਕੀਮਤ ਜਿਹੜੀ ਆ ਆਮਦਨੀ ਵਧਾਵਾਂਗੇ ਕਿਸਾਨਾਂ ਦੀ। ਅੱਜ ਹਾਲਾਤ ਇਹ ਬਣ ਗਏ ਕਿ ਬੀਬੀਆਂ ਨੂੰ 1000-1000 ਰੁਪਈਆ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਚੁੱਲ੍ਹੇ ਦਾ ਖਰਚਾ, ਕਿਚਨ ਦਾ ਖਰਚਾ ਅੱਜ 1000 ਰੁਪਈਆ ਮਹੀਨਾ ਇਹਨਾਂ ਦੀਆਂ ਪਾਲਿਸੀਆਂ ਕਰਕੇ ਵੱਧ ਚੁੱਕਿਆ। ਅੱਜ 3 ਰੁਪਈਏ ਪ੍ਰਤੀ ਯੂਨਿਟ ਜਿਹੜਾ ਬਿਜਲੀ ਦਾ ਖਰਚਾ ਪਾਤਾ। ਕੋਈ ਨੈੱਟਵਰਕ ਦੇ ਵਿੱਚ ਡਿਵੈਲਪਮੈਂਟ ਨਹੀਂ ਕੀਤੀ ਗਈ, ਬਿਜਲੀ ਬੋਰਡ ਦੀ ਟਰਾਂਸਮਿਸ਼ਨ 'ਚ ਕੋਈ ਜਿਹੜੀ ਆ ਉਹ ਵਾਧਾ ਨਹੀਂ ਕੀਤਾ ਗਿਆ, ਟਰਾਂਸਮਿਸ਼ਨ ਠੀਕ ਨਹੀਂ ਕੀਤੀ ਗਈ, ਕੋਈ ਨਵੀਂ ਬਿਜਲੀ ਨਹੀਂ ਪੈਦਾ ਕੀਤੀ ਗਈ। ਲੋਕ ਅੱਜ ਜਿਹੜਾ ਪੰਜਾਬ ਸੂਬਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਰਪਲਸ ਬਿਜਲੀ ਵਾਲਾ ਸੂਬਾ ਸੀ, ਅੱਜ ਸੂਬੇ ਦੇ ਵਿੱਚ ਬਿਜਲੀ ਨੂੰ ਲੋਕ ਤਰਸ ਰਹੇ ਆ। ਜੇ ਬਿਜਲੀ ਦਿੱਤੀ ਵੀ ਜਾ ਰਹੀ ਆ ਤਾਂ 3 ਰੁਪਈਏ ਯੂਨਿਟ ਜਿਹੜਾ ਬਿਜਲੀ ਦਾ ਰੇਟ ਵਧਾ ਦਿੱਤਾ ਗਿਆ, ਜਿਹਦਾ ਮੱਧ ਵਰਗੀ ਪਰਿਵਾਰਾਂ ਤੇ ਸਾਰੇ ਪਰਿਵਾਰਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਜਿਹੜਾ ਇਫੈਕਟ ਆਊਗਾ ਹਰ ਮਹੀਨੇ ਦੇ ਬਿੱਲ ਦੇ ਉੱਤੇ। 61 ਪੈਸੇ ਪੈਟਰੋਲ ਦਾ ਜਿਹੜਾ ਰੇਟ ਵਧਾ ਦਿੱਤਾ ਗਿਆ,
92 ਪੈਸੇ ਜਿਹੜਾ ਡੀਜ਼ਲ ਦਾ ਰੇਟ ਵਧਾਤਾ ਗਿਆ। ਡੀਜ਼ਲ ਪੈਟਰੋਲ ਦਾ ਰੇਟ ਵਧਾਉਣ ਦਾ ਮਤਲਬ ਆ ਟਰਾਂਸਪੋਰਟੇਸ਼ਨ ਮਹਿੰਗੀ ਹੋਣਾ, ਹਰ ਰੋਜ਼ ਲੋਕਾਂ ਨੇ ਮੋਟਰਸਾਈਕਲ ਕਾਰਾਂ ਚਲਾਉਣੀਆਂ, ਪੈਟਰੋਲ ਦੇ ਰੇਟ ਵਧਣ ਦੇ ਨਾਲ ਇਨਡਾਇਰੈਕਟਲੀ ਲੋਕਾਂ ਦੀ ਜੇਬ ਦੇ ਉੱਤੇ ਟੈਕਸ ਦਾ ਬੋਝ ਜਿਹੜਾ ਪਾਤਾ ਗਿਆ। ਕਿਸਾਨਾਂ ਦੇ ਟਰੈਕਟਰ ਚੱਲਣੇ ਆ, ਅਨਾਜ ਪੈਦਾ ਹੋਣਾ, ਕੀਮਤਾਂ ਦੇ ਵਿੱਚ ਅਨਾਜ ਦੀਆਂ ਦੇ ਵਿੱਚ ਤਾਂ ਵਾਧਾ ਹੋਇਆ ਨਹੀਂ, ਖਰਚਿਆਂ ਦੇ ਵਿੱਚ ਵਾਧਾ ਜਿਹੜਾ ਕਰ ਦਿੱਤਾ ਗਿਆ। ਅੱਜ ਜੇ ਹਾਲਾਤ ਨੂੰ ਨਜ਼ਰ ਮਾਰੀਏ ਤਾਂ ਲਗਭਗ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਹਿਸਾਬ ਕਿਤਾਬ ਲਾਉਂਦੇ ਹਾਂ, 1000 ਰੁਪਈਆ ਪ੍ਰਤੀ ਪਰਿਵਾਰ ਹਰ ਪਰਿਵਾਰ ਦਾ ਜਿਹੜਾ ਖਰਚਾ ਵੱਧ ਗਿਆ। 1000 ਰੁਪਇਆ ਬੀਬੀਆਂ ਨੂੰ ਦੇਣਾ ਡੁੱਬਿਆ ਖੁੱਬਿਆ, 1000 ਰੁਪਇਆ ਡਾਇਰੈਕਟ ਇਨਡਾਇਰੈਕਟ ਜਿਹੜਾ ਹਰੇਕ ਪਰਿਵਾਰ ਦੀ ਜੇਬ ਦੇ ਵਿੱਚੋਂ ਇਹ ਸਰਕਾਰ ਨੇ ਕੱਢ ਲਿਆ। ਮੈਂ ਅੱਜ ਆਪਦੇ ਸਮੂਹ ਵਰਕਰ ਸਾਹਿਬਾਨ ਵਿਧਾਨ ਸਭਾ ਹਲਕਾ ਮੋਗਾ ਦਿਆਂ ਵੱਲੋਂ ਅਪੀਲ ਕਰਦਾ ਗੌਰਮੈਂਟ ਨੂੰ ਥਰੂ DC ਸਾਹਿਬ ਕਿ ਜਿਹੜਾ ਇਹ ਰੇਟਾਂ ਦੇ ਵਿੱਚ ਵਾਧੇ ਕੀਤੇ ਗਏ ਆ, ਇਹ ਰੇਟਾਂ ਦੇ ਵਾਧੇ ਜਿਹੜੇ ਆ ਵਾਪਸ ਲੈ ਜਾਣ, ਇਹ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਆ, ਮਹਿੰਗਾਈ ਇੰਨੀ ਵੱਧ ਗਈ, ਪ੍ਰਸ਼ਾਸਨਿਕ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ, ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ, ਗੈਂਗਸਟਰਾਂ ਦੀਆਂ ਕੌਲਾਂ ਆ ਰਹੀਆਂ, ਨਿੱਤ ਗੋਲੀਆਂ ਚੱਲ ਰਹੀਆਂ, ਕਤਲੋ ਗਾਰਤ ਹੋ ਰਹੀ ਆ, ਲੁੱਟਾਂ ਖੋਹਾਂ ਹੋ ਰਹੀਆਂ। ਪ੍ਰਸ਼ਾਸਨਿਕ ਸੁਧਾਰ ਕੀਤੇ ਜਾਣ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਵਧੇ ਹੋਏ ਜਿਹੜੇ ਰੇਟ ਆ ਉਹ ਵਾਪਸ ਲੈ ਜਾਣ। ਰੇਟਾਂ ਕਰਕੇ ਟਰਾਂਸਪੋਰਟੇਸ਼ਨ ਦੇ ਰੇਟ ਵੀ ਵੱਧ ਗਏ, ਇਹ ਸਾਰੇ ਰੇਟ ਜਿਹੜੇ ਆ ਇਹ ਵਾਪਸ ਲੈ ਜਾਣ। ਇੰਨੀ ਬੇਨਤੀ ਆ ਸਰਕਾਰ ਨੂੰ ਕਿ ਰੇਟਾਂ ਦੇ ਵਾਧੇ ਵਾਪਸ ਲੈ ਜਾਣ, ਨਹੀਂ ਤਾਂ ਕੋਈ ਹੋਰ ਫੈਸਲਾ ਲੈਣ ਵਾਸਤੇ ਮਜਬੂਰ ਹੋਣਾ ਪਊਗਾ ਪੰਜਾਬ ਦੀ ਸਰਕਾਰ। ਅੱਜ 13 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਰਟਰ ਮੋਗਾ ਵਿਖੇ ਅਸੀਂ ਖੜੇ ਹਾਂ ਔਰ ਸਾਡੀ ਸਾਰੀ ਜਥੇਬੰਦੀ ਮੋਗੇ ਜ਼ਿਲ੍ਹੇ ਦੀ, ਚਾਰੇ ਹਲਕਾ ਇੰਚਾਰਜ ਔਰ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਗਏ, ਅਸੀਂ ਸਾਰੇ ਇੱਥੇ ਧਰਨੇ ਤੇ ਬੈਠੇ ਹੋਏ ਹਾਂ। ਜਿਹੜਾ ਕਿ ਤਕਰੀਬਨ 2 ਘੰਟੇ ਧਰਨਾ ਸਾਡਾ ਚੱਲਣਾ ਹੈ, ਜਿਹ 'ਚ ਸਾਡਾ ਮੁੱਖ ਮੁੱਦਾ ਇਹੀ ਹੈ ਵੀ ਪੰਜਾਬ ਸਰਕਾਰ ਨੇ ਜਿਹੜੇ ਰੇਟ ਵਧਾਏ ਆ, ਚਾਹੇ ਪੈਟਰੋਲ ਦੇ ਚਾਹੇ ਡੀਜ਼ਲ ਦੇ ਆ, ਉਹ ਤੁਸੀਂ ਦੇਖੋ ਵੀ ਸਾਡੇ ਗੁਆਂਢੀ ਰਾਜਾਂ 'ਚ, ਭਾਵੇਂ ਤੁਸੀਂ ਹਿਮਾਚਲ 'ਚ ਚਲੇ ਜਾਓ, ਹਰਿਆਣੇ 'ਚ ਚਲੇ ਜਾਓ, ਕਿਸੇ ਥਾਂ ਚਲੇ ਜਾਓ, ਭਾਵੇਂ ਚੰਡੀਗੜ੍ਹ ਚਲੇ ਜਾਓ, ਹਰ ਥਾਂ ਨਾਲੋਂ ਰੇਟ ਜ਼ਿਆਦੇ ਆ। ਔਰ ਬਹੁਤ ਹੀ ਕਚੁੰਬਰ ਕੱਢਣ ਵਾਲਾ ਗੱਲ ਕੀਤੀ ਹੈ, ਜੇ ਇੱਕ ਬਿਜਲੀ ਦਾ ਕੋਈ ਵਾਅਦੇ ਵੂਦੇ ਦੀ ਗੱਲ ਕਰਦੀ ਸੀ, ਜੇ ਕਿਸੇ ਜੇਬ 'ਚ 100 ਰੁਪਇਆ ਪਾਇਆ ਤਾਂ 500 ਰੁਪਇਆ ਕੱਢਣ ਦਾ ਵੀ ਬੰਦੋਬਸਤ ਨਾਲ ਹੀ ਪੰਜਾਬ ਸਰਕਾਰ ਨੇ ਕੀਤਾ। ਪੰਜਾਬ ਸਰਕਾਰ ਇਸ ਵੇਲੇ ਪੂਰੀ ਕਰਜਾਈ ਹੋ ਚੁੱਕੀ ਹੈ, ਅਰਬਾਂ ਖਰਮਾਂ ਦਾ ਜਿਹੜਾ ਲੋਨ ਲਿਆ ਔਰ ਹੋਰ ਲੋਨ ਲੈਣ ਵਾਸਤੇ ਗੱਲਾਂ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਦੇ ਖਿਲਾਫ਼ ਅਸੀਂ ਅੱਜ ਧਰਨਾ ਦਿੱਤਾ। ਪੰਜਾਬ 'ਚ ਲੁੱਟਿਆ ਜਾ ਰਿਹਾ, ਪੰਜਾਬ ਨੂੰ ਲੋਕ ਦਿੱਲੀ ਦੇ ਲੋਕ ਲੁੱਟ ਕੇ ਲੈ ਕੇ ਜਾ ਰਹੇ ਆ। ਇਹ ਉਹੀ ਸਮਾਂ ਦੇਖ ਰਹੇ ਜਿਵੇਂ ਕੋਈ ਕਿਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਵਰਗੇ ਗੱਦੀ ਤੇ ਬੈਠੇ ਹੁੰਦੇ ਸੀ ਔਰ ਲਾਲ ਕਿਲੇ ਵਿੱਚ ਹੁਕਮ ਜਾਰੀ ਕਰਦੇ ਹੁੰਦੇ ਸੀ, ਦਿੱਲੀੋਂ ਹੁਕਮ ਆਉਂਦਾ ਹੁੰਦਾ ਸੀ ਵੀ ਪੰਜਾਬ ਦੇ ਲੋਕਾਂ ਦੇ ਬੋਝ ਪਾ ਦਿੰਦੇ ਸੀ। ਔਰ ਇਸੇ ਤਰ੍ਹਾਂ ਦਾ ਬੋਝ, ਬਹੁਤ ਵੱਡਾ ਬੋਝ, ਕਰਜ਼ੇ ਵਾਲਾ ਬੋਝ ਔਰ ਮਹਿੰਗਾਈ ਵਾਲਾ ਬੋਝ, ਜੇ ਕੋਈ ਵੀ ਗਰੀਬ ਅੱਜ ਕੋਈ ਵੀ ਬੱਚਾ ਕੋਈ ਫਲ ਫਰੂਟ ਲੈ ਕੇ ਨਹੀਂ ਖਾ ਸਕਦਾ, ਗਰੀਬ ਦਾ ਬੱਚਾ ਕੋਈ ਚੰਗੀ ਸਬਜ਼ੀ ਲੈ ਕੇ ਨਹੀਂ ਖਾ ਸਕਦਾ ਗਾ, ਵਧੀਆ ਦੁੱਧ ਨਹੀਂ ਪੀ ਸਕਦਾ ਗਾ, ਇਹੋ ਜਿਹੇ ਕਿਹੋ ਜਿਹਾ ਰਾਜ ਆ ਇਹ ਜਿਹਦੇ ਵਿੱਚ ਆਮ ਆਦਮੀ ਹੀ ਪੀਸਿਆ ਜਾ ਰਿਹਾ। ਔਰ ਇਹ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਹੈ, ਆ ਤੁਸੀਂ ਦੇਖੋ ਜਿੰਨੀਆਂ ਚੋਣਾਂ ਇਹਨਾਂ ਦੇ ਲੜਦੇ ਆ, ਇਹ ਅਰਬਾਂ ਖਰਬਾਂ ਪਤੀ ਜਿਹੜੇ ਬੰਦੇ ਉਹ ਲੱਭਦੇ ਆ, ਇਹ ਅਮੀਰ ਲੋਕਾਂ ਨੂੰ ਲੱਭਦੇ ਆ ਵੀ ਸਾਡੀ ਉਹ ਪਾਰਟੀ ਵਿੱਚ ਆਉਣ, ਉਹ ਚੋਣ ਲੜਨ, ਤੇ ਕਿਹੜਾ ਜਿਹੜਾ ਆਮ ਆਦਮੀ ਵਾਲੀ ਗੱਲ ਕਿੱਧਰ ਗਈ। ਇਹ ਸਿਰਫ ਆਮ ਆਦਮੀ ਦਾ ਜਿਹੜਾ ਡਰਾਮਾ ਹੈ ਉਹ ਸਮਝ ਲਓ ਵੀ ਹੁਣ ਪਰਦਾ ਚੱਕਿਆ ਜਾ ਰਿਹਾ, ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦਾ ਸਮਝ ਲੱਗ ਜਾਣੀ ਹੈ ਵੀ ਇੱਕ ਬਹੁਤ ਵੱਡੀ ਜਿਹੜੀ ਗਲਤੀ ਸਾਥੋਂ ਹੋਈ ਹੈ, ਭਾਵੇਂ ਦਿੱਲੀ ਵਾਲਿਆਂ ਤੋਂ, ਭਾਵੇਂ ਪੰਜਾਬ ਵਾਲਿਆਂ ਤੋਂ, ਭਾਵੇਂ ਸਾਡੇ ਕਈ NRI ਵੀ ਇਹਨਾਂ ਦੇ ਧੱਕੇ ਚੜ ਗਏ, ਸਾਰੇ ਮਹਿਸੂਸ ਕਰਦੇ ਆ, ਸਾਨੂੰ ਅਸੀਂ ਵੀ ਖੁਦ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਵੀ ਪੰਜਾਬੀਆਂ ਤੋਂ ਏਡੀ ਵੱਡੀ ਗਲਤੀ ਹੋ ਕਿਵੇਂ ਗਈ, ਪੰਜਾਬੀ ਦਾ ਗਾਂਹ ਵਧੂ ਕੌਮ ਹੈ ਔਰ ਪੰਜਾਬੀ ਦਾ ਗਾਂਹ ਵਧੂ ਸੂਬੇ ਵਾਲੇ ਆ, ਇਹਨਾਂ ਤੋਂ ਏਡੀ ਵੱਡੀ ਗਲਤੀ ਕਿਵੇਂ ਹੋ ਗਈ।
ਇੱਕ ਉਹ ਅਣਜਾਣ ਲੋਕ ਗੱਦੀ ਤੇ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਬਾਰੇ ਕੀ, ਜਿਨ੍ਹਾਂ ਨੂੰ ਮੇਰਾ ਖਿਆਲ ਪੰਚਾਇਤ ਨਾਲ ਚਲਾਉਣੀ ਆਵੇ, ਉਹ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਆ। ਕਾਬਲ ਚ ਰਹਿੰਦਿਆਂ ਨੂੰ ਨਿੱਤ ਮੁਹਿੰਮਾਂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਆ, ਇਹ ਤਾਂ ਹਮੇਸ਼ਾ ਹੀ ਚੋਣਾਂ ਵਿੱਚ ਹੀ ਜੰਮੇ ਆ, ਤੇ ਮੈਂ ਸਮਝਦਾ ਕਿ ਭਾਵੇਂ ਪੰਚਾਇਤਾਂ ਦੀਆਂ ਚੋਣਾਂ ਹੋਣ, ਭਾਵੇਂ ਜਿਵਨੀ ਚੋਣਾਂ ਹੋਣ, ਚਾਹੇ ਕੋਈ ਚੋਣਾਂ ਹੋਣ, ਪੂਰਾ ਡਟ ਕੇ ਲੜਾਈ ਲੜਾਂਗੇ। ਔਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਜਿਵੇਂ ਸਾਡਾ ਅੱਜ ਇਕੱਠ ਹੈ, ਬਹੁਤ ਵੱਡਾ ਭਰਮਾ ਇਕੱਠ ਹੈ, ਅਸੀਂ ਅੱਜ ਵਿਸ਼ਵਾਸ ਦਿਵਾਉਣੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਔਰ ਸਾਡੇ ਬਲਵਿੰਦਰ ਸਿੰਘ ਭੁੰਦੜ ਸਾਹਿਬ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ, ਕਿ ਅਸੀਂ ਵੱਧ ਚੜ ਕੇ ਜੋ ਵੀ ਸਰਗਰਮੀ ਵਿੱਚ ਤੁਸੀਂ ਕਹੋਗੇ ਵੱਧ ਤੋਂ ਵੱਧ ਹਿੱਸਾ ਲਵਾਂਗੇ ਔਰ ਡਟ ਕੇ ਪੂਰਾ ਪਹਿਰਾ ਦੇਵਾਂਗੇ। ਕੋਈ ਜਿਮਨੀ ਚੋਣਾ ਕੋਈ ਵੀ ਚੋਣਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਜਿੱਤ ਕੇ ਬਾਹਰ ਆਵਾਂਗੇ। ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜ਼ਿਲ੍ਹੇ ਦੇ ਵਰਕਰ ਸਾਹਿਬਾਨ, ਜਿਹੜੀਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਕਿ 70 ਸਾਲ ਦੇ ਵਿੱਚ ਕੁਛ ਨਹੀਂ ਹੋਇਆ, ਵਾਕਿਆ ਹੀ ਹੈ ਕਿ ਕੁਛ ਨਹੀਂ ਹੋਇਆ, ਕਿਉਂਕਿ ਇੰਨੇ ਕਿਰਾਏ ਨਹੀਂ ਵਧਾਏ ਗਏ ਸੀ ਪੈਟਰੋਲ ਤੇ ਡੀਜ਼ਲ ਤੇ, ਜਿਹੜਾ ਵੈਟ ਇਹਨਾਂ ਨੇ ਵੈਟ ਲਾਇਆ, 60 ਪੈਸੇ ਪੈਟਰੋਲ ਵਧਾਇਆ ਤੇ 92 ਪੈਸੇ ਡੀਜ਼ਲ ਵਧਾਇਆ ਲੀਟਰ ਮਗਰ, ਤੇ 25 ਪੈਸੇ ਪ੍ਰਤੀ ਕਿਲੋਮੀਟਰ ਜਿਹੜਾ ਕਿਰਾਇਆ ਵਧਾਇਆ, ਤੇ 5 ਤੋਂ 8 ਰੁਪਈਏ ਯੂਨਿਟ ਹੈ ਜਿਹੜੀ ਬਿਜਲੀ ਦੀ ਕੀਤੀ। ਵੀਰੋ, ਇੰਨਾ ਵੱਡਾ ਬੋਝ 2400 ਕਰੋੜ ਰੁਪਈਏ ਦਾ ਜਿਹੜਾ ਇਹ ਸਰਕਾਰ ਨੇ ਸਾਡੇ ਲੋਕਾਂ ਤੇ ਥੋਪਿਆ, ਇੰਨਾ ਵੱਡਾ ਕਿਰਾਏ ਦੇ ਵਿੱਚ ਵਾਧਾ ਕੀਤਾ, ਇੰਨਾ ਵੱਡਾ ਡੀਜ਼ਲ ਤੇ ਪੈਟਰੋਲ ਦੇ ਵਿੱਚ ਵਾਧਾ ਕੀਤਾ, ਲੋਕਾਂ ਦਾ ਜਿਹੜਾ ਲੱਕ ਤੋੜ ਕੇ ਰੱਖ ਦਿੱਤਾ। ਇਸ ਕਰਕੇ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਸਾਫ਼ ਦੇਵਾਂਗੇ, ਅਸੀਂ ਹਰ ਇਲੈਕਸ਼ਨ ਜਿਹੜਾ ਉਹ ਕਰਾਵਾਂਗੇ ਅਗਲ ਪਿੰਡ ਦੇ ਵਿੱਚ, ਤੁਹਾਡੇ ਕੋਲ ਵੀ ਸਾਰੀ ਖਬਰ ਆਈ ਕਿ ਧੱਕੇ ਦੇ ਨਾਲ ਜਿਹੜੇ ਮੈਂਬਰ ਬਣਾਏ ਉੱਥੇ ਇਹਨਾਂ ਕੋਲੇ 20 ਵੋਟਾਂ ਵੀ ਹੈ ਨਹੀਂ ਸੀ। ਸੁਸਾਇਟੀ ਦੀਆਂ ਜਿਹੜੇ 11 ਮੈਂਬਰ ਧੱਕੇ ਦੇ ਨਾਲ ਬਣਾਏ, ਉੱਥੇ ਮੈਂ ਕਿਹਾ ਸੀ ਪ੍ਰਸ਼ਾਸਨ ਨੂੰ ਕਿ ਲੋਕ ਤਾਂ ਇਹ ਕਹਿੰਦੇ ਹੁੰਦੇ ਸੀ ਅਸੀਂ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਾਂਗੇ, ਅੱਜ ਕੀ ਹੋ ਰਿਹਾ ਅੱਗੇ ਵੇਖੋ ਸੁਸਾਇਟੀ ਦੇ ਇਲੈਕਸ਼ਨ, ਉੱਥੇ ਸਾਨੂੰ ਧਰਨਾ ਦੇਣਾ ਪਿਆ, ਜਿੰਦਾਬਾਦ ਮੁਰਦਾਬਾਦ ਕਰਨੀ ਪਈ, MLA ਦੀ ਮੁਰਦਾਬਾਦ ਕਰਨੀ ਪਈ, ਸਰਕਾਰ ਦੀ ਮੁਰਦਾਬਾਦ ਕਰਨੀ ਪਈ, ਏਡੀ ਬਖਲਾਏ ਹੋਏ ਲੋਕ ਨੇ। ਮੈਂ ਸਮਝਦਾ ਕਿ ਜਿੰਨੇ MLA ਜਿੰਨੇ ਮੰਤਰੀ ਇਹਨਾਂ ਨੂੰ ਪਤਾ ਕਿ ਸਾਡੇ ਕੋਲ ਸਿਰਫ 2 ਸਾਲ ਰਹਿ ਗਏ, 2 ਸਾਲਾਂ ਦੇ ਵਿੱਚ ਲੁੱਟਣ ਤੋਂ ਕੁੱਟਣ ਤੋਂ ਬਿਨਾਂ ਕੰਮ ਕੋਈ ਨਹੀਂ, ਇੰਨੀ ਕਰਪਸ਼ਨ ਵਧੀ ਹੈ, ਮੈਂ ਸਮਝਦਾ ਕਿ ਸਿਰਾ ਹੋ ਗਿਆ। ਇੰਨਾ ਲਾਉਣ ਆਰਡਰ ਦੀ ਸਥਿਤੀ ਜਿਹੜੀ ਮਾੜੀ ਹੈ, ਰੋਜ਼ ਕਤਲੋਗਾਰਦ ਹੋ ਰਹੀ ਹੈ, ਰੋਜ਼ ਲੁੱਟਾ ਖੋਹਾਂ ਹੋ ਰਹੀਆਂ, ਵੀਰੋ ਨੂੰ ਠੱਲ ਨਹੀਂ ਪੈ ਰਹੀ। ਇਸ ਕਰਕੇ ਵੀਰੋ, ਮੈਂ ਜਿਹੜਾ ਧਰਨਾ ਸਾਡਾ ਦਿੱਤਾ ਸਰਦਾਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਉਹਨਾਂ ਦੀ ਅਗਵਾਈ ਵਿੱਚ ਸਾਰੀ ਸਮੁੱਚੀ ਟੀਮ ਆ ਜਿਹੜੀ, ਉਹਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਸੱਜਣ, ਮੋਤਵਾਰ ਸੱਜਣ, 5 ਸਰਪੰਚ ਇੱਥੇ ਪਹੁੰਚੇ ਨੇ। ਬਹੁਤ ਵੱਡਾ ਧਰਨਾ ਜਿਹੜਾ, ਅੱਜ ਇੱਕ ਰਿਕਾਰਡ ਟੁੱਟ ਗਿਆ ਕਿ ਅਸੀਂ ਥੋੜਾ ਜਿਹਾ ਸੁਨੇਹਾ ਲਾਇਆ ਸੀ ਕਿ ਮਹਿੰਗਾਈ ਦੇ ਵਿਰੁੱਧ ਆਪਾਂ ਧਰਨਾ ਦੇਣਾ, ਲੋਕ ਆਮ ਮਾਰੇ ਹੋ ਕੇ ਆਏ ਆ।